ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਲਓ ਜੀ ਮਿੱਤਰੋ, ਅੱਜ ਦੇ ਵਲੌਗ ਦੇ ਅੱਜ ਦੇ ਦਿਨ ਦੀ ਸ਼ੁਰੂਆਤ ਕਰਤੀ ਹੈ ਆਪਾਂ। ਆਪਾਂ ਵਿਹਲੇ ਹੋ ਗਏ ਹਾਂ ਅਤੇ ਦੋ ਦਿਨ ਬਹੁਤ ਫਨ ਕੀਤਾ। ਫਨ ਦਾ ਇੱਦਾਂ ਕਿ ਵੱਧ ਘੱਟ ਬਹੁਤ ਖਾਧਾ ਹੈ ਨਾ, ਕਿ ਇੱਕ ਮੌਕਾ ਜਿਹਾ ਮਿਲਿਆ ਨਾ, ਗੱਡੀ ਲੈ ਕੇ ਆਏ ਹਾਂ ਕਿ ਚੱਲ ਸੋਚਿਆ ਕੋਈ ਨਹੀਂ ਦੋ ਦਿਨ ਡਾਈਟਿੰਗ ਨਾ ਵੀ ਕਰਾਂਗੇ, ਕੋਈ ਗੱਲ ਨਹੀਂ ਚੱਲ ਜੂਗਾ। ਅਤੇ ਬਾਕੀ ਸਾਰੇ ਭਰਾਵਾਂ ਦਾ ਦਿਲੋਂ ਧੰਨਵਾਦ ਜਿਨ੍ਹਾਂ ਨੇ ਮੁਬਾਰਕਾਂ ਦਿੱਤੀਆਂ, ਅਤੇ ਬਹੁਤ ਚਿੱਤ ਖੁਸ਼ ਹੋਇਆ ਜਾਣ ਮੇਰੀਏ। ਤੁਹਾਨੂੰ ਸਹੀ ਗੱਲ ਦੱਸਾਂ, ਇੰਨੀਆਂ ਵਧਾਈਆਂ ਮੇਰੇ ਜਨਮਦਿਨ 'ਤੇ ਵੀ ਨਹੀਂ ਆਈਆਂ, ਕਿੰਨੇ ਜਨਮਦਿਨ ਮੇਰੇ ਲੰਘ ਗਏ ਆ। ਅਤੇ ਬਹੁਤ ਜ਼ਿਆਦਾ ਮੈਂਸ਼ਨਿੰਗ, ਮਤਲਬ ਕਿ ਬੜਾ ਭਰਾਵਾਂ ਨੇ ਯਾਰ ਇਹ ਚੀਜ਼ ਦਾ ਫੋਨ ਕਰਕੇ ਵੀ ਗਈਆਂ ਭਰਾਵਾਂ ਨੇ, ਬੜੀ ਖੁਸ਼ੀ ਮਨਾਈ ਗਈ ਜਾਣ ਮੇਰੀ ਆ, ਬਹੁਤ ਖੁਸ਼ੀ ਹੋਈ। ਅਤੇ ਕੱਲ੍ਹ ਵੀ ਜਿੱਥੇ ਕੈਫੇ ਬੈਠੇ ਉੱਥੇ ਕੁਛ ਭਰਾ ਇਹੋ ਜਿਹੇ ਮਿਲੇ, ਉਹਨਾਂ ਨੇ ਇੱਕ ਚੀਜ਼ ਮੈਨੂੰ ਦੱਸੀ, ਉਹ ਵੀ ਮਤਲਬ ਕਿ ਮੇਰੇ ਵਾਂਗੂ ਥੱਲਿਓਂ ਸਟਾਰਟਿੰਗ ਤੋਂ ਉੱਠ ਕੇ ਵੱਡੀਆਂ ਵੱਡੀਆਂ ਚੀਜ਼ਾਂ 'ਤੇ ਪਹੁੰਚੇ, ਹੈ ਨਾ, ਮੇਰੇ ਵਾਸਤੇ ਬੜੀ ਤਕੜੀ ਚੀਜ਼ ਜਾਣ ਮੇਰੀ ਹੈ। ਅਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਸਾਨੂੰ ਇਸ ਚੀਜ਼ ਦੀ ਬਹੁਤ ਜ਼ਿਆਦਾ ਖੁਸ਼ੀ ਆ ਕਿ ਸਾਡਾ ਭਰਾ ਸਾਡੇ ਵੇਹਦਿਆਂ ਕਿੱਥੋਂ ਲੈ ਕੇ ਕਿਸ ਤੱਕ ਪਹੁੰਚਿਆ, ਅਤੇ ਰੱਬ ਹੋਰ ਤਰੱਕੀਆਂ ਦੇਵੇ। ਅਤੇ ਸੋ ਜਿਹੜੇ ਭਰਾ ਤੁਸੀਂ ਜਿਹੜੇ ਮੈਨੂੰ ਵੇਹਦੇ ਆਏ ਜੀ ਅੱਜ ਤੋਂ 4-5 ਸਾਲ ਪਹਿਲਾਂ ਤੋਂ ਲੈ ਕੇ ਹੁਣ ਤੱਕ, ਜਾਂ ਜਿਨ੍ਹਾਂ ਨੂੰ ਆਪਣੀਆਂ ਪੁਰਾਣੀਆਂ ਚੀਜ਼ਾਂ ਪਤਾ ਆ, ਉਹਨਾਂ ਨੇ ਵੀ ਇਸ ਚੀਜ਼ ਦੀ ਬਹੁਤ ਖੁਸ਼ੀ ਮਨਾਈ ਜਾਣ ਮੇਰੀ ਆ। ਲਵ ਯੂ ਆ, ਅਤੇ ਬਾਬਾ ਸੁੱਖ ਰੱਖੇ, ਨੀਤਾਂ ਨੂੰ ਮੁਰਾਦਾਂ, ਅੱਗੇ ਹੋਰ ਸਟੈਪ ਬਾਏ ਸਟੈਪ ਚੱਲਦੇ ਰਹਾਂਗੇ, ਅਤੇ ਤੁਸੀਂ ਨਾਲ ਜੁੜੇ ਰਹੋ, ਘੈਂਟ ਘੈਂਟ ਵਲੋਗ ਤੁਹਾਡੇ ਬਾਅਦ ਇੱਦਾਂ ਆਉਂਦੇ ਰਹਿਣਗੇ, ਹੈ ਨਾ। ਅਤੇ ਕਈ ਵਾਰ ਕੀ ਹੁੰਦਾ ਕਿ ਆਪਾਂ ਕੁਛ ਨਾ ਕੁਛ ਚੀਜ਼ਾਂ ਮੈਂ ਪਹਿਲਾਂ ਵਲੋਗਾਂ ਦੱਸੀਆਂ ਹੁੰਦੀਆਂ, ਅਤੇ ਭਰਾ ਫਿਰ ਪੁੱਛਦੇ ਰਹਿੰਦੇ ਆ, ਅਤੇ ਜਦੋਂ ਵਿਹਲੇ ਬੈਠੇ ਹੁੰਦੇ ਜੇ ਪੁਰਾਣੇ ਵਲੋਗ ਚੈੱਕ ਕਰਿਆ ਕਰੋ, ਅਤੇ ਕਮੈਂਟ ਜ਼ਰੂਰ ਕਰਿਆ ਕਰੋ ਮੇਰੀ ਜਾਨ। ਕਮੈਂਟ ਦੇ ਵਿੱਚੋਂ ਨਾ ਮੈਨੂੰ ਬੜਾ ਕੁਛ ਲੱਭ ਜਾਂਦਾ ਯਾਰ, ਜੇ ਤੁਸੀਂ ਮੇਰਾ ਵਲੋਗ ਵੇਖੇ ਤੁਹਾਡਾ ਚਿੱਤ ਕੁਛ ਹੁੰਦਾ, ਤੁਹਾਨੂੰ ਕੋਈ ਚੀਜ਼ ਚੰਗੀ ਲੱਗਦੀ, ਹੈ ਨਾ, ਵਧੀਆ ਲੱਗਦਾ, ਮੇਰੇ ਕੋਲ ਇੱਕ ਸਰ ਤੁਹਾਡੇ ਕਮੈਂਟ ਹੈ, ਪੜ੍ਹ ਕੇ ਤੁਹਾਡਾ ਮੈਂ ਗੱਲਾਂ ਬਾਤਾਂ ਕਰਦਾ ਰਹਿੰਦਾ ਵਾਂ, ਹੈ ਨਾ। ਹੋਰ ਮੇਰਾ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਦਾ ਜ਼ਰੀਆ ਨਹੀਂ ਹੈਗਾ, ਜਾਂ ਜਿਹੜੇ ਭਰਾ ਮਿਲਦੇ ਆ ਉੱਥੇ ਵੀ ਇੰਨਾ ਟਾਈਮ ਨਹੀਂ ਹੁੰਦਾ, ਹੈ ਨਾ, ਆਪਾਂ ਮਿਲਦੇ ਹਾਂ 1-2 ਮਿੰਟ ਦੇ ਫੋਟੋ ਕਰਾਈ ਜਾਂ ਤੁਹਾਨੂੰ ਛੇਤੀ ਹੁੰਦੀ ਆ ਜਾਂ ਮੈਨੂੰ ਛੇਤੀ ਹੁੰਦੀ, ਹੈ ਨਾ, ਉੱਥੇ ਚੰਗੀ ਤਰ੍ਹਾਂ ਰਾਬਤਾ ਨਹੀਂ ਹੋ ਪਾਉਂਦਾ, ਅਤੇ ਸਿਰਫ ਇੱਕ ਕਮੈਂਟ ਹੁੰਦੇ ਆ, ਜਾਂ ਸਨੈਪਚੈਟ 'ਤੇ ਜਿਹੜੀਆਂ ਸਟੋਰੀਆਂ ਪਾਉਂਦਾ ਉਹ ਥੱਲੇ ਰਿਪਲਾਈ ਕੀਤੇ ਹੁੰਦੇ ਭਰਾਵਾਂ ਨੇ, ਉਹ ਮੈਂ ਪੜ੍ਹਦਾ ਰਹਿੰਦਾ ਵਿਹਲਾ ਬੈਠਾ, ਹੈ ਨਾ। ਅਤੇ ਇੰਸਟਾਗ੍ਰਾਮ ਦੇ ਮੈਸੇਜ ਬਹੁਤ ਜ਼ਿਆਦਾ ਦਿੰਦੇ ਆ, ਉਹਦੀ ਸਾਰਾ ਦਿਨ ਵਲੌਗ ਬਣਾਉਣ 'ਚ ਲੰਘ ਜਾਂਦਾ ਵਾ, ਮੈਸੇਜ ਜਾਂ ਕਮੈਂਟ ਰਾਤ ਨੂੰ ਬੈਠਿਆਂ ਵਿਹਲਿਆਂ ਜਦੋਂ ਪਤਾ ਕੋਈ ਕੰਮ ਨਹੀਂ ਹੈ ਕਰਨ ਨੂੰ, ਉਦੋਂ ਪੜ੍ਹੇ ਜਾਂਦੇ, ਹੈ ਨਾ। ਉਹਨਾਂ ਵਿੱਚ ਮੈਨੂੰ ਬੜਾ ਕੁਛ ਲੱਭ ਜਾਂਦਾ, ਹੈ ਨਾ, ਕਰਨ ਨੂੰ ਨਵਾਂ, ਜਿੱਦਾਂ ਹੁਣ ਗੱਡੀ ਲਈ ਆ, ਬੜੇ ਭਰਾ ਇਸ ਚੀਜ਼ 'ਤੇ ਕਮੈਂਟ ਕਰਦੇ ਬਾਈ ਆਹ ਕਰਵਾਈ ਆਹ ਕਰਵਾਈ, ਉਹਨਾਂ ਵਿੱਚ ਮੈਨੂੰ ਜਿਹੜੀ ਚੰਗੀ ਲੱਗੂਗੀ ਨਾ ਮੈਂ ਉਹ ਕਰਵਾਊਂਗਾ। ਅਤੇ ਸੋ ਅਤੇ ਜਿਹੜੇ ਭਰਾ ਆਪਣੇ ਚੈਨਲ ਦੇ ਨਵੇਂ ਜੁੜੇ ਆ ਜਾਂ ਨਵੇਂ ਆਏ ਆ, ਵੈਲਕਮ ਹੈ ਮੇਰੀ ਜਾਨ ਤੁਹਾਡਾ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਅਤੇ ਜਿਹੜੀ ਆਪਣੀ ਡੀਲ ਪਹਿਲੇ ਦਿਨ ਹੋਈ ਸੀ, ਆਹ ਨਵੇਂ ਵਲੌਗ ਜਦੋਂ ਪਾਉਣ ਲੱਗੇ ਹਾਂ, ਕਿ ਜਿੱਦਣ ਕੁਛ ਵੀ ਨਾ ਕਰਨ ਨੂੰ ਹੋਇਆ ਕਰੂਗਾ, ਜਿੱਦਾਂ ਮੰਨ ਲਓ ਇਹਦਾ ਮੀਂਹ ਪੈ ਜਾਂਦਾ ਜਾਂ ਕੋਈ ਮਤਲਬ ਕਹਿ ਲਓ ਕਿ ਨਹੀਂ ਵਲੌਗ ਬਣਾਇਆ ਗਿਆ, ਹਾਂ ਕੰਮ ਕਰ ਇਹੋ ਜਿਹਾ ਪੈ ਗਿਆ ਵਾ, ਅਤੇ ਉਹਦੇ ਵਿੱਚ ਵੀ ਆਪਾਂ ਤੁਹਾਡੇ ਕਮੈਂਟ ਪੜ੍ਹ ਕੇ ਭਾਵੇਂ 10 ਮਿੰਟ ਦਾ ਵਲੌਗ ਕੱਢੀਏ, ਕੱਢਿਆ ਜ਼ਰੂਰ ਕਰਾਂਗੇ। ਅਤੇ ਇਸ ਕਰਕੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਅਤੇ ਤੁਹਾਨੂੰ ਜਿਹੜਾ ਵਲੌਗ ਆ ਉਹ ਮੈਨੂੰ ਮੈਸੇਜ ਨਾ ਕਰਨਾ ਪਵੇ ਬਾਈ ਕਦੋਂ ਆਉਣਾ, ਨੋਟੀਫਿਕੇਸ਼ਨ ਕਰ ਲਓ ਔਨ, ਅਤੇ ਜਦੋਂ ਵਲੌਗ ਆ ਜੇ ਤੁਹਾਨੂੰ ਨੋਟੀਫਿਕੇਸ਼ਨ ਵੱਜੇ ਅਤੇ ਤੁਸੀਂ ਫਿਰ ਵਲੌਗ ਵੇਖੋ। ਅਤੇ ਸੋ ਘੈਂਟ ਘੈਂਟ ਕਮੈਂਟ ਕਰੋ, ਅਤੇ ਸੋ ਮੇਰੀ ਜਾਨ ਚੱਲਦੇ ਹਾਂ ਅੱਜ ਕਿਸੇ ਪਾਸੇ, ਜਿਨ੍ਹਾਂ ਨੇ ਕੱਲ੍ਹ ਵਾਲਾ ਵਲੌਗ ਵੇਖਿਆ ਵਾ ਐਂਡ ਤੱਕ ਉਹਨਾਂ ਨੂੰ ਪਤਾ ਨਾ ਕਿ ਅੱਜ ਆਪਾਂ ਕਿੱਥੇ ਜਾਣਾ। ਅਤੇ ਸੋ ਤਿਆਰ ਹੋ ਕੇ ਨਿਕਲਦੇ ਹਾਂ, 6:30 ਹੋ ਗਏ ਆ, ਆ ਜਾਓ ਮਿੱਤਰਾ ਵਿਊ ਚੈੱਕ ਕਰੋ, ਹੈਂ ਅੱਜ ਮੈਨੂੰ ਛੇਤੀ ਮੈਂ ਜਾਣਾ, ਨਹੀਂ ਤਾਂ ਤੇਲ ਜੀ ਤੁਰਨ ਦਾ ਬੜਾ ਨਜ਼ਾਰਾ ਆਉਣਾ ਸੀ, ਹੈ ਨਾ। ਮੈਨੂੰ ਇੱਕ ਦਿਨ ਕਲੀਅਰ ਦਾ ਕਮੈਂਟ ਵੀ ਆਇਆ ਹੈ, ਕਹਿੰਦਾ ਜਾਣੇ ਮੇਰੇ ਸਵੇਰੇ ਤੜਕੇ ਉੱਠ ਪੈਂਦਾ, ਤੜਕੇ ਉੱਠ ਕੇ ਆ ਤੇਲ 'ਚ ਤੁਰਿਆ ਕਰ, ਅਤੇ ਬੜਾ ਫਾਇਦੇਮੰਦ ਚੀਜ਼ ਆ। ਅਤੇ ਸਹੀ ਕਹਿੰਦਾ ਜਾਣੇ ਮੇਰੀ ਇਹ ਬੜੀ ਫਾਇਦੇਮੰਦ ਚੀਜ਼ ਆ, ਸਵੇਰੇ ਸਵੇਰੇ ਉੱਠ ਕੇ ਆ ਜਿਹੜਾ ਕੰਮ ਆਪਾਂ ਕਰ ਲਈਏ ਨਾ, ਅਤੇ ਬਾਕੀ ਇਹ ਘਾਹ ਵੀ ਸਾਫ਼ ਆ, ਜਿੱਦਾਂ ਆਪਾਂ ਬਾਹਰਲੇ ਘਾਹ ਤੁਰਾਂਗੇ ਨਾ ਉਹਦੇ ਵਿੱਚ 100 ਡੱਡੀ ਮੱਛੀ ਲੱਭ ਜਾਣੀ ਆ, ਇਹਦੇ ਵਿੱਚ ਬਿਲਕੁਲ ਸਾਫ਼ ਸੁਥਰਾ ਕੰਮ ਆ। ਹੈਂ ਤੁਸੀਂ ਕਹਿੰਦੇ ਨੇ ਢਿੱਲੋ ਸਵੇਰੇ ਸਵੇਰੇ ਸ਼ੁਰੂ ਹੋ ਜਾਂਦਾ, ਪਤਾ ਨਹੀਂ ਕੀ ਖਾਂਦਾ, ਸਹੀ ਗੱਲ ਦੱਸਾਂ ਜੇ ਮੈਂ ਖਾਧਾ ਕੁਛ ਨਹੀਂ ਜੀ, ਮੈਨੂੰ ਤੁਹਾਡੇ ਪਿਆਰ ਦਾ ਸਰੂਰ ਚੜਿਆ ਰਹਿੰਦਾ, ਇਹ ਮੇਰੇ ਨਾਲ ਜਿੰਨੇ ਲੋਕ ਜੁੜੇ ਨਾ ਸਾਰੇ ਘੈਂਟ ਜੁੜੇ ਆ, ਮੈਂ ਨਾ ਅੱਤੀ ਰਾਈ ਜਾਂਦੇ ਕੰਨ ਨੂੰ ਗੱਲਾਂ ਨਹੀਂ ਕੰਨ ਨੂੰ। ਹੈਂ ਵੀ ਝੋਟਾ ਤਿਆਰ ਜੇ ਆਪਣਾ, ਹੈਂ ਮੈਨੂੰ ਪੁੱਛ ਲਿਆ ਨਾਂ ਹੀ ਰੱਖਣਾ, ਮੇਰਾ ਦਿਲ ਕਹਿੰਦਾ ਨਾ ਪੁੱਤ ਰੱਖ ਦਈਏ ਪੁੱਤ, ਹੈਂ ਦੱਸ ਦੇਣੀ ਅੱਛੀ ਠੀਕ ਆ। ਗੁੱਡ ਮੋਰਨਿੰਗ, ਅੱਜ ਮੈਂ ਤੜਕੇ ਉੱਠ ਪਿਆ, ਅੱਜ ਮੈਂ ਵੇਲੇ ਨਾ ਕਿਤੇ ਜਾ ਰਿਹਾ ਹਾਂ, ਕੱਲਾ ਜਾ ਰਿਹਾ, ਟੈਨਸ਼ਨ ਨਾ ਲੈ, ਹਰਮਨ ਇੱਥੇ ਹੀ ਆ, ਡੰਡਾ ਨਾ ਫੜ ਲਈ ਕਿਤੇ ਮਾਤਾ, ਪਾਣੀ ਗਰਮ ਕਰ ਤੂੰ ਛੇਤੀ ਛੇਤੀ, ਮੈਂ ਨਿਕਲਣ ਦੀ ਕੋਸ਼ਿਸ਼ ਕਰਾਂ, ਮੈਂ ਜਾਣਾ ਦੂਰ, ਕੰਮ ਚੰਗੇ ਕਰਦਾ ਮੈਨੂੰ ਪਤਾ, ਸਾਰੇ ਮਾੜਾ ਕੰਮ ਨਹੀਂ ਕਰਦਾ ਕੋਈ, ਹੈਂ
ਚੰਗੇ ਕੰਮ ਕਰਦਾ ਮਾਲਕ ਨੇ ਆ ਚੀਜ਼ ਦੇਤੀ ਆ ਹੈ ਮਾਤਾ ਆ ਦਾਦੀ ਚੰਗੇ ਕੀਤਾ ਮਿਲਦੀ ਆ ਨਹੀਂ ਕਰਦੇ ਟੈਨਸ਼ਨ ਨਾ ਲੈ ਮਾਤਾ ਲਾਮਾ ਨਹੀਂ ਤੈਨੂੰ ਹੈ ਪਾਣੀ ਗਰਮ ਕਰਦੇ ਬਸ ਤੂੰ ਮੈਨੂੰ ਲਾਮਾ ਨਹੀਂ ਆਉਂਦਾ ਤੈਨੂੰ ਤੇ ਪਾਣੀ ਗਰਮ ਕਰਦੇ ਮੈਨੂੰ ਨਹੀਂ ਅੱਜ ਵੇਖੀ ਤੂੰ ਮੈਂ ਜਾਂਦਾ ਕਿਧਰ ਨੂੰ ਅੱਜ ਮੈਂ ਇਕੱਲਾ ਹੀ ਅੱਜ ਮੈਂ ਇਕੱਲਾ ਹੀ ਫਿਰਨਾ ਚੜਨੇ ਅੱਜ ਹੈਂ ਅੱਜ ਮੈਂ ਸਾਰੀ ਗਿਆ ਪਿੰਡ ਛੱਡ ਲੱਗਾ ਮੈਂ ਕਰਾਓ ਕੰਮ ਇਸ ਤੂੰ ਇਕੱਲਾ ਹੀ ਪੱਠੇ ਪਾ ਉੱਠ ਡੰਗਰ ਕਿਤੇ ਕਿੰਨੇ ਗਿੰਨੇ ਔਖੇ ਦੋ ਤੇ ਗਾਵਾਂ ਆਪਣੀ ਕੋਈ ਕਿੱਲੇ ਬੱਜੀ ਹੁੰਦੀਆਂ ਓ ਉੱਠ ਓ ਯਾਰ ਮੈਨੂੰ ਉਠਾ ਕੇ ਮਾਮਾ ਆਪ ਸੌਂ ਗਿਆ ਸੁਰਤ ਮਿੱਤਰ ਯਾਰ ਉਹਨਾਂ ਨੇ ਖਿੱਚ ਲਈ ਤਿਆਰੀ ਤੇ ਇਹਦਾ ਇਹ ਸੁਖੀ ਅੰਦਰੋਂ ਬੈਠਿਆ ਈ ਬਟਨ ਪੋਦੇ ਗੱਡੀ ਸਟਾਰਟ ਹੈਂ ਮੇਰਾ ਭਰਾ ਮੇਰਾ ਸਮਾਨ ਇਕੱਠਾ ਕਰ ਦੇਣ ਡਿਆ ਹੈਂ ਉੱਧਰ ਵੇ ਇਹ ਨਾਲ ਨਹੀਂ ਜਾਣਾ ਪਰ ਮੇਰੀ ਤਿਆਰੀ ਤੁਰੀ ਇਹ ਕਰਾ ਦਿੰਦਾ ਵਿਚਾਰਾ ਹੈਂ ਮੈਂ ਕਹਿੰਦੇ ਨਾਲ ਤਾਂ ਭਾਵੇਂ ਨਹੀਂ ਜਾਣਾ ਮੇਰੀ ਤਿਆਰੀ ਤੁਰੀ ਕਰਾ ਦਿੰਦਾ ਮੇਰਾ ਕੱਪੜੇ ਕੁਪੜੇ ਪੈਕ ਕਰ ਦਿੰਦਾ ਹੈਗਾ ਮੇਰੇ ਤੋਂ ਵੱਡਾ ਆ ਹੈਂ ਪਰ ਕੰਮ ਮੇਰੇ ਨਾਲ ਨਿੱਕੇ ਕੰਮ ਕਰਦਾ ਹੈ ਦੱਸਦਾ ਨਹੀਂ ਕੀ ਉਦੋਂ ਲਈ ਰਜਾਈ ਜੀ ਇੱਥੇ ਪਈ ਹੈ ਉਹ ਵੀ ਲੈ ਰੱਖ ਲਈ ਇੱਕ ਸਾਈਡ ਤੇ ਜੂ ਫਲੈਟ ਜਾਣਾ ਤੁਹਾਡਾ ਹਾਂ ਫਲੈਟ ਜਾਣਾ ਉਹ ਲੈ ਲੈ ਨਾਲ ਧੋਤੀ ਉਹ ਧੋਣ ਵਾਲੀ ਹੋ ਉਹ ਘਰੇ ਰਹਿੰਦੇ ਕੋਈ ਨਹੀਂ ਉੱਥੇ ਹੋਰ ਲੈ ਲਾਂਗੇ ਇੱਥੇ ਜਦੋਂ ਇੱਥੋਂ ਕਿਤੇ ਜਾਣਾ ਹੋਊਗਾ ਨਾ ਪਰਾਤ ਰੂਤ ਨੂੰ ਇੱਥੋਂ ਲੈ ਜਾਵਾਂਗੇ ਆ ਬੁੱਕੀ ਕੱਢਦਾ ਬਾਹਰ ਉੱਧਰ ਸੌਂ ਕੇ ਚੱਲ ਜਾਵਾਂਗੇ ਉਹ ਕਹਿੰਦਾ ਜਦੋਂ ਰਾਤ ਨੂੰ ਜਾਣਾ ਹੋਊਗਾ ਜਿਹੜਾ ਘਰੇ ਰੱਖਣਾ ਸਮਾਨ ਮੈਂ ਘਰੇ ਜਾਣਾ ਮਾੜਾ ਜਿਹਾ ਉਹ ਪਿੱਛੇ ਰੱਖ ਦਿੰਦੇ ਬੈਗ ਗਾੜੀ ਦੱਸ ਦੋ ਜਿਹੜਾ ਚੱਲ ਵੀ ਮਿੱਤਰਾ ਚੱਲੀਏ ਹੈਂ ਟੈਂਕੀ ਕਰ ਗਈ ਹੈ ਖਾਲੀ 276 ਕਿਲੋਮੀਟਰ ਚੱਲੀਏ ਸਾਰੀ ਮਤਲਬ ਕਿ ਹਜੇ 100 ਦੀ ਇਹ ਰੇਂਜ ਦੱਸਣ ਦੀ ਹੋਰ ਅਤੇ ਲੁਧਿਆਣਿਓਂ ਉੱਦਣ ਆਪਾਂ ਜਿੱਦਣ ਗੱਡੀ ਲਈ ਆ ਅਤੇ ਉੱਦਣ ਪਾਇਆ ਸੀ ਅਤੇ ਉਹ ਤੋਂ ਬਾਅਦ ਹੀ ਲਾ ਲਓ ਸਾਹਿਬ ਕਿ ਅੰਮ੍ਰਿਤਸਰ ਆਏ ਮਤਲਬ ਘਰ ਆਏ ਘਰੋਂ ਅੰਮ੍ਰਿਤਸਰ ਗਏ ਹਾਂ ਅੰਮ੍ਰਿਤਸਰੋਂ ਘਰ ਆਏ ਅਤੇ ਟੈਂਕੀ ਗੋਲ ਆ 111 ਕਿਲੋਮੀਟਰ ਹੋਰ ਚੱਲਣੀ ਬਸ ਚੱਲ ਵੀ ਰਾਣੀਏ ਚੱਲੀਏ ਫਿਰ ਚੰਗਾ ਵੇ ਬਾਈ ਬਾਏ ਬਾਏ ਲੈ ਵੀ ਹੁਣ ਤੁਸੀਂ ਮੈਨੂੰ ਇਹ ਮੈਸੇਜ ਕਰੋਗੇ ਕਿ ਹਰਮਨ ਕਿਉਂ ਨਹੀਂ ਨਾਲ ਚੱਲਿਆ ਜਾਣ ਮੇਰੀ ਇਹ ਵਿਆਹ ਵੈਸੇ ਯਾਰ ਦੋਸਤ ਦਾ ਅਤੇ ਉਹ ਵੀ ਇਹਨੂੰ ਭੁਗਤਾਉਣਾ ਪੈਣਾ ਅਤੇ ਤਾਂ ਕਰਕੇ ਆਪਾਂ ਉੱਧਰ ਤੁਹਾਨੂੰ ਪਤਾ ਚੰਡੀਗੜ੍ਹ ਜਾਣਾ ਮਨਿੰਦਰ ਨੂੰ ਲੈਣ ਜਾਣਾ ਉੱਥੋਂ ਇੱਕ ਦੋ ਕੰਮ ਆਪਣੇ ਉਹ ਕਰ ਲਵਾਂਗੇ ਹੈ ਨਾ ਸੱਜੀ ਆਪਣੀ ਬਾਹਰੋਂ ਆਉਣ ਡਈ ਆ ਮਨਿੰਦਰ 2 ਸਾਲ ਬਾਅਦ ਉਹਨੂੰ ਲੈਣ ਜਾਵਾਂਗੇ ਉੱਥੋਂ ਅਤੇ ਉਹ ਤੋਂ ਬਾਅਦ ਫਿਰ ਵਾਪਸ ਆ ਗਏ ਅਤੇ ਫਿਰ ਸਿੱਧਾ ਪਿੰਡ ਨੂੰ ਹੈ ਨਾ ਕਿਹਾ ਹੋਏ ਮੈਂ ਇੱਕ ਤਾਂ ਮਨਿੰਦਰ ਨੂੰ ਲੈਣ ਜਾਣਾ ਉੱਥੋਂ ਗਾੜੀ ਚੰਡੀਗੜ੍ਹੋਂ ਅਤੇ ਇੱਕ ਦੋ ਕੰਮ ਮੇਰੇ ਆਪਣੇ ਉਹ ਕਰਕੇ ਅਤੇ ਫਿਰ ਪਿੰਡ ਨੂੰ ਆ ਜਾਵਾਂਗੇ ਅਤੇ ਸਾਰੀ ਗੈਂਗ ਨੂੰ ਮੈਂ ਤਾਂ ਪਿੰਡ ਛੱਡ 'ਚ ਲੱਗਾ ਕਿਉਂਕਿ ਮੈਂ ਗਾੜੀ ਮਨ ਉੱਥੇ ਚੱਲ ਜਾਣਾ ਆਪਣੇ ਮਨਿੰਦਰ ਨੂੰ ਲੈਣ ਫਿਰ ਉੱਥੇ ਖਰਾਬੀਆਂ ਕਰਦੇ ਫਲੈਟ ਦੇ ਵਿੱਚ ਤਾਂ ਕਰਕੇ ਮੈਂ ਤੁਸੀਂ ਪਿੰਡ ਰਹੋ ਜਿੰਮ ਜੁੰਮ ਲਾਓ ਚੱਲ ਹਰਮਨ ਨੂੰ ਦੇਖ ਗਏ ਇਹਨੂੰ ਵਿਆਹ ਦਾ ਕਰਕੇ ਕੰਮ ਨਹੀਂ ਤੇ ਹਰਮਨ ਮੈਂ ਦੋ ਇਕੱਠੇ ਜਾਣਾ ਸੀ ਦੋਵਾਂ ਨੇ ਲੈ ਵੀ ਮਿੱਤਰਾ ਪਹੁੰਚ ਗਏ ਯਾਰ ਨਹੀਂ ਘਰ ਤੇ ਘਰੋਂ ਆਪਾਂ ਥੋੜ੍ਹਾ ਜਿਹਾ ਸਮਾਂ ਲੈਣਾ ਵੇਖ ਇੱਧਰ ਵਿੱਚ ਉਹ ਬਣਾਉਂਦਾ ਵੇ ਗੱਡੀ ਵੇਖ ਕੇ ਹੈ ਇੱਕ ਉਹ ਥੱਲਿਓਂ ਦੀ ਵੇਖਣ ਲਿਆਈ ਵੇ ਮੈਂ ਇੱਕ ਗੱਲ ਕਹਾਂ ਜਾਣ ਮੇਰੀ ਇਹਨਾਂ ਦਾ ਬਾਹਲਾ ਜ਼ਿਆਦਾ ਤੇਜ਼ ਹੁੰਦਾ ਆਪਣਾ ਵੇ ਇੱਧਰ ਵੇ ਇੱਧਰ ਵੇ ਇਹਨੂੰ ਲੱਗ ਗਿਆ ਪਤਾ ਗੱਡੀ ਆ ਗਈ ਵੇ ਐਡਾ ਅੰਤਰਾ ਨਾਲ ਗੁਰੂਆ ਇਹ ਨਹੀਂ ਕਿਸੇ ਨੂੰ ਵੜਨ ਦਿੰਦਾ ਬਗਾਨੇ ਬੰਦੇ ਨੂੰ ਇਹ ਦਿਨ ਸਾਡੇ ਇੱਥੇ ਕੋਈ ਮੰਗਣ ਵਾਲੇ ਆ ਗਏ ਤੇ ਗੁਰੂਆ ਉਹਨਾਂ ਨੇ ਤੁਹਾਨੂੰ ਦੱਸ ਨਹੀਂ ਸਕਦਾ ਮੈਂ ਤੁਹਾਨੂੰ ਕੈਮਰੇ 'ਚ ਵੀਡੀਓ ਕੱਢੇ ਵਿਖਾਊਂਗਾ ਸਾਡੇ ਆਪਣੇ ਘਰ ਲੱਗੇ ਆ ਘਰੇ ਕੋਈ ਨਹੀਂ ਹੈਗਾ ਉੱਧਰ ਅਤੇ ਇਹਨੇ ਵਿਚਾਰਨਾ ਇਹਨੇ ਨਾ ਬੜੀ ਧੁੱਕੀ ਮਿਲੀ ਆ ਇਹ ਨਸਲ ਇੱਦਾਂ ਦੀ ਕੁੜੀ ਹੈ ਵੀ ਆਵੇ ਹੈਂ ਝੋਟਾ ਹੀ ਹੈ ਵੀ ਹੈਂ ਫਿਰ ਡਿਆ ਮਜ਼ੇ ਨਾਲ ਬਾਹਰ ਰਾਵਤ ਕਿੱਦਾਂ ਫਿਰ ਚਲਾ ਚਲੀ ਆ ਜਾ ਆ ਜਾ ਆ ਜਾ ਇੱਧਰ ਆ ਇੱਧਰ ਚਲਾ ਆ ਜਾ ਆ ਜਾ ਅਰੇ ਤੈਨੇ ਇਕੱਠੇ ਹੀ ਨਾ ਹੋਣਾ ਵੇ ਚਿੱਲ ਕਰੋ ਚਿੱਲ ਨਜ਼ਾਰੇ ਲਿਆ ਕਰੋ ਉਹ ਬੱਲੇ ਬਾਪੂ ਕਿੱਥੋਂ ਤਿਆਰੀ ਹੋਣ ਡੀ ਸਵੇਰੇ ਸਵੇਰੀ ਬਾਪੂ ਕਹਿੰਦਾ ਪਵਾ ਲਿਆਂਦੇ ਵੀਲ ਟਾਇਰ ਬਾਪੂ ਨੂੰ ਕਿਹਾ ਬਾਪੂ ਇਹ ਸਿੰਪਲ ਜਿਹੇ ਪਵਾਏ ਬਸ ਟਾਈਮ ਪਾਸ ਕਰਨਾ ਆਪਾਂ ਥੋੜ੍ਹੇ ਦਿਨ ਆਪਾਂ ਨੇ ਘੈਂਟ ਵੀ ਲਾਏ ਨੇ ਹਾਂ ਮਾਤਾ ਗੁੱਡ ਮੋਰਨਿੰਗ ਮੈਂ ਚੱਲਿਆ ਮਾਤਾ ਚੰਡੀਗੜ੍ਹ ਹਾਂ ਅਤੇ 2-4 ਦਿਨ ਤੱਕ ਮੈਂ ਆ ਜੂਗਾ ਮੁੰਡਾ ਆਪਣੇ ਨਾਲ ਨਹੀਂ ਤਾਂ ਮੇਰਾ ਮਨਿੰਦਰ ਜਿਹੜਾ ਬਾਅਦ ਚ ਲੱਗਿਆ ਕਿੰਨੇ ਦਾ ਉਹਨੇ ਆਉਣਾ ਵਾ ਉਹਨੇ ਕੱਲ੍ਹ ਜਾਂ ਪਰਸੋਂ ਉਹਨਾਂ ਨੂੰ ਲੈ ਚੱਲਿਆ ਦਿੱਲੀ ਸੱਜਣ ਵਾਲਿਆ 2 ਸਾਲ ਬਾਅਦ ਆ ਰਿਹਾ ਮੇਰੀ ਸੱਚੀ ਲੈਣ ਕਿਉਂ ਨਹੀਂ ਜਾਏਂਗੇ ਹਮ ਜਾਏਂਗੇ ਬਾਈ ਜ਼ਰੂਰ ਜਾਏਂਗੇ ਇੱਥੇ ਥੋੜ੍ਹੀ ਹੋਤਾ ਹੈ ਜਿਨਕੇ ਸਾਥ ਹਮਰਾ ਪਿਆਰ ਹੈ ਨਾ ਉਹਨਕੇ ਲਈ ਜਨ ਵੀ ਹਾਜ਼ਰ ਹੈ ਬਾਈ ਔਰ ਜਿਹਨੂੰ ਹਮਨੇ ਛੋੜ ਦਿਆ ਹੈ ਉਹਨਕੀ ਤਰਫ ਤੋਂ ਹਮ ਦੇਖਤੇ ਤੱਕ ਨਹੀਂ ਹੈ ਭਾਵੇਂ ਸਾਡੇ ਸਾਹਮਣੇ ਖਲੋਤੇ ਰਹਿਣ ਹੈ ਹਾਂ ਬਾਈ ਬਾਹਰ ਨਹੀਂ ਨਿਕਲਦਾ ਜੀ
ਤੇਰਾ ਭਲਾ ਉਧਰੇ ਕਿੱਦਾਂ ਹੁੰਦਾ ਜੀ ਕਹਿੰਦਾ ਬਾਪੂ ਓਕੇ ਬਸ ਇਹ ਆਪਾਂ ਜਿੱਦਾਂ ਪੈਲੀ ਪੁਲੀ ਚ ਵੜਨੀ ਨਾ ਉਹਦੇ ਵਾਸਤੇ ਇਹ ਵੀਲ ਉਹਨਾਂ ਕੋਲ ਲੈ ਲਏ ਵੈਸੇ ਤੇ ਉੱਦਾਂ ਆਪਾਂ ਪਾਵਾਂਗੇ 26 ਇੰਚ ਤੇ 26 ਇੰਚ ਆਪਣੇ ਆਉਣੇ 3 ਮਹੀਨੇ ਤੱਕ ਉਹ ਤੋਂ ਪਹਿਲਾਂ 22 ਇੰਚ ਚ ਵੀਲ ਮੰਗਾਈ ਅਗਲੇ ਹਫ਼ਤੇ ਆ ਜਾਣੇ ਉਹ ਹਾਂ ਤੇ ਓਕੇ ਆ ਉਹ ਜੇ ਮੰਗਵਾਤੇ ਅਗਲੇ ਹਫ਼ਤੇ ਤੱਕ ਆ ਗਏ ਉਹ ਵੀਲ ਬੜੇ ਸੋਹਣੇ ਆ ਜੇ ਉਹ ਮੰਗਵਾਤੇ ਫਿਰ ਉਹ ਕਰਾਂਗੇ ਆਹ ਤੇ ਝੋਟਾ ਲੱਗਦੀ ਇਹਦੇ ਨਾਲ ਤੇ ਆਹ ਵੀ ਦੋਜੀ ਆ ਤੇਰਾ ਭਲਾ ਜਾ ਤੇ ਲਾ ਜਲੀ ਮੈਂ ਤੁਰ ਕੇ ਆਉਣਾ ਮੈਂ ਸੈਰ ਕਰਨਾ ਭਰਾਵਾ ਆ ਜਾ ਹੈ ਲੈ ਵੀ ਮਿੱਤਰਾ ਇੱਕ ਦੋ ਕੰਮ ਸੀ ਪੇਂਟ ਕਰਨ ਵਾਲੇ ਮੈਂ ਉਹ ਕਰਕੇ ਫਿਰ ਚ ਹੈ ਮੈਂ ਮੀਂਹ ਪੈਣ ਨਹੀਂ ਦਿੱਤਾ ਮੈਂ ਗੱਡੀ ਧਵਾਈ ਪੀਰ ਕਰ ਲਿਆ ਮੈਂ ਬਾਬੇ ਨੂੰ ਫੋਨ ਕਰਦਾ ਸੀ ਮੈਂ ਬਾਬਾ ਜੀ ਮੀਂਹ ਨਾ ਪਾਇਓ ਉਹ ਤਾਂ ਗੱਲ ਹੈ ਨਾ ਫਿਰ ਤੁਸੀਂ ਬਾਬੇ ਦਿਲੋਂ ਨਹੀਂ ਤੁਸੀਂ ਬਾਬੇ ਨਾ ਕਰਦੇ ਮੈਂ ਬਾਬੇ ਗਾੜੀ ਅਰਦਾਸ ਕੀਤੀ ਮੈਂ ਰੱਬਾ ਮੀਂਹ ਨਾ ਪਵਾਈ ਮੈਂ ਗੱਡੀ ਧੋਤੀ ਉਹ ਕੰਮ ਖਰਾਬ ਹੋ ਜਾਣਾ ਉਹ ਬਲੇ ਲਾਡੀ ਲਾਡੀ ਕਿੱਥੇ ਰਹਿ ਗਿਆ ਤੂੰ ਹੈ ਤੂੰ ਲੱਡੂ ਮਿਸ ਕਰ ਗਿਆ ਹੈ ਦੱਸਦਾ ਨਹੀਂ ਲੱਖਾਂ ਦਿਲੋਂ ਖੁਸ਼ ਹੁੰਦੇ ਆ ਹਾਂਜੀ ਨਹੀਂ ਬੜੀ ਖੁਸ਼ੀ ਹੋਈ ਵੀਰ ਜੀ ਮੈਨੂੰ ਤਾਂ ਮੈਂ ਵੀ ਦਵਾਈ ਰਹਿਣ ਦੋ ਮੈਨੂੰ ਬਸ ਮੈਨੂੰ ਗੱਡੀ ਵੇਖਣ ਦਾ ਵੀਰ ਜੀ ਨਹੀਂ ਸਹੀ ਗੱਲ ਭਾਈ ਮੈਨੂੰ ਬੜੀ ਖੁਸ਼ੀ ਹੋਈ ਵੀ ਤਾਂ ਦਾ ਜੇ ਦੱਸਿਆ ਨਾ ਤਰਾ ਇਹ ਹੁੰਦਾ ਹੀ ਪਿਆਰ ਭਰਾਵਾਂ ਦਾ ਹੈ ਪਿਆਰ ਭਾਈ ਲਾਡੀ ਹੋਣੀ ਖੁਸ਼ ਆ ਕਈ ਬੰਦੇ ਲਾਡੀ ਇਹੋ ਜਿਹੇ ਹੁੰਦੇ ਆ ਕਿ ਆਪਾਂ ਨੂੰ ਵਧਾਈਆਂ ਵੀ ਦੇਣ ਦੇ ਹੁੰਦੇ ਪਰ ਉਹ ਖੁਸ਼ ਨਹੀਂ ਹੁੰਦੇ ਉਹਨਾਂ ਦਾ ਚਿਹਰਾ ਮੈਂ ਪੜ੍ਹ ਲੈਂਦਾ ਹਾਂਜੀ ਹਾਂਜੀ ਮੈਂ ਆਹ ਗੱਡੀ ਜਦੋਂ ਲਿਆਂਦੀ ਨਾ ਮੈਨੂੰ ਇਹੋ ਜਿਹੇ ਮੇਰੇ ਬੰਦੇ ਮਿਲੇ ਕਈ ਹਾਂਜੀ ਮੈਨੂੰ ਵਧਾਈਆਂ ਦੇਣ ਦੇ ਪਰ ਉਹਨਾਂ ਦੇ ਚਿਹਰੇ ਉਤਰੇ ਹੋਏ ਸੀ ਕਈਆਂ ਨੇ ਮੇਰੀਆਂ ਵੀਡੀਓ ਵੀ ਵੇਖ ਲਈਆਂ ਗੱਡੀ ਲਿਆਂਦੀ ਵੇਖ ਲਈ ਆ ਸਟੋਰੀਆਂ ਮੇਰੀਆਂ ਵੇਖ ਲਈਆਂ ਵਟਸਐਪ ਤੇ ਸਨੈਪਚੈਟ ਤੇ ਇੰਸਟਾਗ੍ਰਾਮ ਤੇ ਪਰ ਮੈਨੂੰ ਵਧਾਈ ਨਹੀਂ ਦਿੱਤੀ ਕਿੰਨੀ ਜੈਲਸ ਹੋ ਗਈ ਇਸ ਚੀਜ਼ ਕਿੰਨੀ ਜੈਲਸ ਹੋ ਗਈ ਹਨਾ ਕਿ ਵੇਖ ਲਾ ਪਰ ਆਪਾਂ ਫਿਰ ਵੀ ਕਹਿੰਦੇ ਕਿ ਰੱਬ ਉਹਨਾਂ ਨੂੰ ਵੀ ਤਰੱਕੀ ਦੇਵੇ ਉਹਨਾਂ ਨੂੰ ਤਰੱਕੀ ਦੇਵੇ ਹਾਂਜੀ ਹਨਾ ਇਦਾਂ ਜਿਹਦੇ ਬਾਅਦ ਰਹਿਣ ਹਾਂਜੀ ਜਿਹਦੇ ਬਾਅਦ ਰਹਿਣ ਤੇ ਨਜ਼ਾਰੇ ਲੈਣ ਨਜ਼ਾਰੇ ਲੈਣ ਇਦਾਂ ਹੀ ਲੈਣ ਹਾਂਜੀ ਹਾਂਜੀ ਬਿਲਕੁਲ ਦੱਸ ਦੋ ਮੈਨੂੰ ਜਲਦੀ ਗੱਲ ਇਹ ਸੋਚਦਾ ਆਉਂਦਾ ਵੀ ਜਿਹੜਾ ਆਪਣਾ ਪੇਰਾ ਲੈਂਟਰ ਨਹੀਂ ਜਾ ਹਾਂ ਉਹ ਲੈਂਟਰ ਤੇ ਵੇਖ ਲਓ ਮਹਾਰਾਜ ਦੀ ਕਿਰਪਾ ਨਾਲ ਗੱਡੀ ਲਿਆਂਦੀ ਥਾਰ ਹਾਂ ਉਹ ਵੀ ਪੂਰੀ ਟਾਪ ਆ ਤੇ ਹੁਣ ਆ ਹੁਣ ਫੇਰ ਆਪਣਾ ਲੈਂਟਰ ਪੈਂਦਾ ਤੇ ਫੇਰ ਗੱਡੀ ਲੈ ਕੇ ਰਿਕਾਰਡ ਤੋੜਦਾ ਨਗਾ ਰਿਕਾਰਡ ਤੋੜਦੇ ਲੈ ਵੀ ਇਹ ਮੁੰਡੇ ਗੁਰਦਾਸਪੁਰ ਤੋਂ ਆਏ ਲਾਡੀ ਗੁਰਦਾਸਪੁਰ ਤੋਂ ਆਏ ਆ ਗੁਰਦਾਸਪੁਰ ਹੀ ਭਰਾ ਆਏ ਆਪਣੇ ਦਰਸ਼ਨ ਮਿਲੇ ਕਰ ਲੈਣਾ ਨਹੀਂ ਇਹ ਪਿਆਰ ਆ ਪਿਆਰਾਂ ਨਾਲ ਖਿੱਚ ਲਿਆਉਂਦਾ ਇੱਥੇ ਐ ਦੱਸਦਾ ਨਹੀਂ ਉਦਾਂ ਕੌਣ ਕਿਹੜੀ ਟਾਈਮ ਕੱਢਦਾ ਜਾਂਦੇ ਆ ਹੁਣੇ ਸਬੱਬ ਬਣ ਕੇ ਆਵੇ ਜਾਨ ਜਦੋਂ ਮੇਲ ਮਲਾਪ ਲਿਖਿਆ ਉਦੋਂ ਹੋਣਾ ਹੁੰਦਾ ਲੈ ਵੀ ਮਿੱਤਰਾ ਘਰ ਦੇ ਚੱਲੇ ਗਏ ਪਾਸੇ ਬੱਪੂ ਬੇਬੇ ਚੰਗਾ ਵੇ ਭਾਈ ਜਾਓ 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 ਬਈ ਜਾਓ ਇਹ ਤੇ ਮੈਨੂੰ ਵੰਡੇ ਜਾਣਾ ਮੈਨੂੰ ਮਹਿੰਗੇ ਪੈਂਦੇ ਜੇ ਆਹ ਦੂਜੀ ਗਵਾਹ ਇਸ ਚੀਜ਼ ਦਾ 3000 ਬਾਪੂ ਲੈ ਗਿਆ 2000 ਬੇਬੇ ਲੈ ਗਈ ਆ 5000 ਤੇ ਸਵੇਰੇ ਸਵੇਰੇ ਮੇਰਾ ਘਰ 'ਚ ਹੀ ਲੱਗ ਗਿਆ ਵਾ ਹੈਂ ਬਾਕੀ ਹੁਣ ਜਾਂਦੀ ਨਾ 'ਚ ਤੇਲ ਪਾਉਣਾ ਅਤੇ ਇਹਨੂੰ ਪਤਾ ਇਹ 'ਚ 2-3 ਹਜ਼ਾਰ ਦਾ ਚੱਲਣਾ ਨਹੀਂ 7-8 ਹਜ਼ਾਰ ਦੀ ਟੈਂਕੀ ਫੁੱਲ ਕਰਾਵਾਂਗੇ ਚੰਡੀਗੜ੍ਹੋਂ ਵਾਪਸ ਨਹੀਂ ਆਉਣੀ ਇਹ ਫਿਰ ਪਾਉਣਾ ਆਪਣਾ ਰਾਜ ਲੁਧਿਆਣੇ ਲੈ ਕੇ ਆਇਆ ਦੂਜੀ ਦਿਨ ਲੁਧਿਆਣੇ ਲਿਆ ਉਹ 7000 ਦਾ ਪਾਇਆ ਉੱਥੋਂ 15 ਲੀਟਰ ਤੇਲ ਉਹਨਾਂ ਨੇ ਮੈਨੂੰ ਪਾ ਕੇ ਦਿੱਤਾ ਮਤਲਬ ਕਿ ਇਹ ਗੱਲ ਨੋਰਮਲ ਦੱਸਣਾ ਕਿ ਇੰਨੀ ਕੁ ਐਵਰੇਜ ਹੈ ਗੱਡੀ ਦੀ ਕਿ ਘਰ ਆਏ ਅਤੇ ਕੱਲ੍ਹ ਵੀਲ ਪਾਉਣ ਗਿਆ ਅਤੇ ਟੈਂਕੀ ਖਾ ਗਈ ਆ ਇੰਨੇ 'ਚ ਹੀ 1000 ਰੁਪਈਆ ਮੇਰੇ ਹਿਸਾਬ ਨਾਲ ਪਿੰਡ ਦੇ ਕਿਹੜਾ ਲਾਉਣ ਜਾਣਾ ਮਤਲਬ ਕਿ 3 ਐਵਰੇਜ ਸ਼ੋਅ ਕਰਦੀ ਅਤੇ 4-5 ਦੀ ਮੇਰੇ ਹਿਸਾਬ ਨਾਲ ਟਾਇਰ ਪਾਲੇ ਹੁਣ ਐਵਰੇਜ ਰਹਿ ਨਹੀਂ 3 ਕੁ ਦੀ ਇਹਦੀ ਮੇਰੇ ਹਿਸਾਬ ਨਾਲ ਕਿਉਂਕਿ ਆਪਾਂ ਜੇ ਇੱਕ ਖਿੱਚ ਕੇ ਚਲਾਈ ਦੀ ਥੋੜ੍ਹੀ ਤਾਂ ਕਿ ਸਵਾਦ ਜਿਹਾ ਨਹੀਂ ਆਉਂਦਾ ਜਾਣੇ ਮੇਰੀ ਐਵੇਂ ਆਖਾਂ ਐਵਰੇਜ ਵੱਲੋਂ ਇਹਦਾ ਬੇੜਾ ਗਰਕੀ ਆ ਜਿਹੜੀ ਸੱਚਾਈ ਆ ਹੈ ਨਾ ਮੈਂ ਸੋਚਦਾ ਨਹੀਂ ਕਿ 55 ਲੱਖ ਦੀ ਫੋਰਚੂਨਰ ਆ ਅਤੇ 75 ਲੱਖ ਦੀ ਹੈ ਅਤੇ ਰੁਪਈਆ ਦੇ ਪਿੱਛੇ ਜਿੱਦਾਂ ਜਿਹੜੀ ਫੋਰਚੂਨਰ ਲੈਜੈਂਡਰ ਮਾਡਲ ਆ 55-58 'ਚ ਪੈ ਜਾਂਦਾ ਹੈ ਨਾ ਕਿ ਮੈਂ ਸੋਚਦਾ ਨਾ ਕਿ ਯਾਰ ਲੋਕ ਰੂਬੀਕੌਨ ਕਿਉਂ ਨਹੀਂ ਦਿੰਦੇ ਮੈਨੂੰ ਅੱਜ ਪਤਾ ਲੱਗਾ ਕਿ ਰੂਬੀਕੌਨ ਲੋਕ ਤਾਂ ਨਹੀਂ ਦਿੰਦੇ ਕਿ ਇਹਦੀ ਐਵਰੇਜ ਨਹੀਂ ਹੈਗੀ ਇਹ ਡੇਲੀ ਬੰਦਾ ਗੱਡੀ ਨਹੀਂ ਚਲਾ ਸਕਦਾ ਕਿ ਹਾਂ ਵੀ ਗਾਰਡ ਲਈ ਸੀਟਾਂ ਦੀ ਕੰਫਰਟ ਆ ਹੈ ਨਾ ਤੁਹਾਡਾ ਭਰਾ ਆਪਾਂ ਜਿਹੜੀ ਸੱਚਾਈ ਪਿਛਲੀਆਂ ਜਿਹੜੀਆਂ ਸੀਟਾਂ ਦੀ ਇੰਨੀਆਂ ਕੰਫਰਟ ਨਹੀਂ ਹੈਗੀਆਂ ਇਹ ਆਫ ਰੋਡਿੰਗ ਵਾਲੀ ਗੱਡੀ ਆ ਜਿੱਦਾਂ ਆਪਾਂ ਨੂੰ ਸ਼ੌਂਕ ਆ ਆਫ ਰੋਡਿੰਗ ਦੇ ਚੱਲ ਆਪਾਂ ਤਾਂ ਲਈ ਇਸੇ ਕੰਮ ਲਈ ਹੈ ਨਾ ਬਾਬਾ ਸੁੱਖ ਰੱਖੇ ਅਤੇ ਇੱਕ ਆਪਣਾ ਬੜੇ ਚਿਰ ਦੀ ਰੀਝ ਸੀ ਇਸ ਚੀਜ਼ ਦੀ ਕਿ ਲੈਣੀ ਹੀ ਲੈਣੀ ਆ ਅਤੇ ਰੀਝ ਮੇਰੀ ਇਕੱਲੇ ਦੀ ਨਹੀਂ ਰੀਝ ਹੋਰ ਵੀ ਹੈਗੀ ਕਿਸੇ ਦੀ ਸੋ ਮਾਲਕ ਨੇ ਮੀਆਂ ਰਹਿਮਤਾਂ ਕੀਤੀਆਂ ਅਤੇ ਆਪਾਂ ਆਪਣਾ ਸ਼ੌਂਕ ਪੂਰਾ ਕਰ ਲਿਆ ਅਤੇ ਕੱਲ੍ਹ ਵੀ ਮੈਸੇਜ ਪੜ੍ਹਨ ਡਿਆ ਸੀ ਅੱਜ ਵੀ ਪੜ੍ਹਨ ਡਿਆ ਵਿੱਚ ਸਾਰੇ ਇੱਕ ਮੈਸੇਜ ਕਮੈਂਟ ਬਹੁਤ ਸੋਹਣੇ ਆਏ ਅਤੇ ਪਰ ਕੁਛ ਵੀਰ ਵਿੱਚ ਇਹ ਗੱਲ ਕਹਿ ਦਿੰਦੇ ਜਿੱਦਾਂ ਕਿ ਬਾਈ ਗੱਡੀ ਵੇਖ ਕੇ ਲੋਕ ਸੜ ਗਏ ਆ ਲਏ ਉਹ ਜਾਣ ਮੇਰੀ ਆ ਮੈਂ ਇਹ ਚੀਜ਼ ਸੋਚਦਾ ਹੀ ਨਹੀਂ ਹਾਂ ਮੈਂ ਸੋਚਦਾ ਕਿ ਯਾਰ ਸਾਰੇ ਆਪਣੇ ਘਰ ਰਾਜੇ ਆ ਸਾਰੇ ਆਪਣੇ ਘਰ ਰਾਜੀ ਖੁਸ਼ੀ ਰਹਿਣ ਮੇਰਾ ਸ਼ੌਂਕ ਹੀ ਮੈਂ ਲੈ ਲਈ ਆ ਇਹ ਤੋਂ ਕੋਈ ਖੁਸ਼ ਹੋਇਆ ਜਾਂ ਸੜਿਆ ਆਪਾਂ ਉਸ ਚੀਜ਼ ਆਪਾਂ ਨੂੰ ਮੈਟਰ ਨਹੀਂ ਕਰਦੀ ਕਿਉਂਕਿ ਆਪਾਂ ਰਹਿਣਾ ਵਾ ਪੋਜ਼ਿਟਿਵ ਸੋਚਣਾ ਪੋਜ਼ਿਟਿਵ ਅਤੇ ਸੋ ਸਾਈਡ 'ਤੇ ਬਾਕੀ ਲਵ ਯੂ ਆ ਮੇਰੀ ਜਾਨ
ਚਿੱਤ ਖੁਸ਼ ਆ ਗਏ ਵਧੀਆ ਵਧੀਆ ਭਰਾ ਆਪਣੇ ਨਾਲ ਜੁੜੇ ਆ ਸੋਹਣੇ ਸੋਹਣੇ ਕਮੈਂਟ ਕਰਦੇ ਰਹਿੰਦੇ ਆ ਅਤੇ ਚਿੱਤ ਲੱਗਾ ਰਹਿੰਦਾ ਸਾਡਾ ਵੀ ਕਿਉਂ ਦੋਸਤ ਜੀ ਆ ਹੁਣ ਅਸੀਂ ਸਪਲੈਂਡਰ ਵੀ ਲਿਆਉਣਾ ਜੀ ਮੈਂ ਭਰਾ ਦੋ ਜੀ ਮੈਨੂੰ ਕਹਿੰਦਾ ਕਿ ਚਲੋ ਵੀਰ ਸਪਲੈਂਡਰ ਵੀ ਲੈ ਕੇ ਆਈਏ ਇੱਕ ਆਹੋ ਕਹਿਣਾ 90,000 ਮੈਂ ਤੈਨੂੰ ਆਖਿਆ ਮੈਂ ਤੇਰੇ ਵਾਲਾ ਹੈਗਾ ਵਾ ਕਹਿੰਦਾ ਨਹੀਂ ਕਹਿੰਦਾ ਇੱਕ ਲੈ ਕੇ ਆਉਣਾ ਹੈਂ ਕੀ ਆਖ ਲੱਗਾ ਸੀ ਮੈਂ 90,000 ਦੀ ਘੜੀ ਲੈਂਦੀ ਆਪਾਂ ਸਪਲੈਂਡਰ ਲੈ ਆਉਣਾ ਇੱਕ ਆਹੋ ਮੈਨੂੰ ਹੁਣ ਇਹ ਗੱਲ ਕਹਿਣ ਡਿਆ ਮੈਂ ਚੱਲ ਕੋਈ ਨਹੀਂ ਸਪਲੈਂਡਰ ਤੁਹਾਡੇ ਕੋਲ ਹੈਗਾ ਵਾ ਘੜੀ ਇੱਕ ਜਰੀ ਜਾਂਦੀ ਜਾਣ ਮੇਰੀ ਜਿਹੜੇ ਸ਼ੌਂਕ ਹੁੰਦੇ ਨਾ ਇੱਕ ਇਹ ਬੰਦੇ ਨੇ ਇੱਕ ਤਰ੍ਹਾਂ ਗੱਲ ਕੀ ਕਿ ਸ਼ੌਂਕ ਜਿਹੜੇ ਟਾਈਮ ਸਿਰ ਪਕਾ ਲੈਣੇ ਚਾਹੀਦੇ ਬੰਦੇ ਨੂੰ ਹਨਾ ਜਦੋਂ ਪੈਸਾ ਧੇਲਾ ਬੰਦੇ ਕੋਲ ਹੁੰਦਾ ਹੈ ਹਨਾ ਗੱਲ ਕਹਿੰਦੀ ਕਿ ਜਿਹੜੀ ਚੀਜ਼ ਪੈਸਾ ਧੇਲਾ ਨਾ ਵੀ ਹੋਵੇ ਨਾ ਬੰਦੇ ਕੋਲ ਪਤਾ ਕਿ ਇੱਥੋਂ ਤੱਕ ਹੱਥ ਪੈ ਜਾਣਾ ਬੰਦੇ ਨੂੰ ਪਤਾ ਹੁੰਦਾ ਆਪੇ ਬਾਏ ਲੱਥ ਲੁੱਥ ਜਾਂਦੇ ਹੁੰਦੇ ਆ ਹਨਾ ਸੋ ਨਾ ਪਤੋ ਇਕੱਲੀ ਬਾਬੇ ਦਾ ਬਾਕੀ ਗੁਰੂ ਮਹਾਰਾਜ ਜਦੋਂ ਮਿਹਰ ਰਹਿੰਦਾ ਹੈਗੇ ਨਾ ਜਾਣ ਮੇਰੀ ਸਾਰੇ ਕੰਮ ਆਪਣੇ ਆਪ ਹੁਣ ਲੱਗ ਪੈਂਦੇ ਆ ਬਾਕੀ ਮੈਂ ਤੁਹਾਡੇ ਨਾਲ ਕਰਦਾ ਗੱਲਾਂ ਬਾਤਾਂ ਰਾਹ ਜਾ ਕੇ ਮੈਂ ਵਲੌਗ ਐਡਿਟ ਕਰ ਲਾਂ ਮੈਂ ਵੀ ਮਿੱਤਰਾ ਚੰਡੀਗੜ੍ਹ ਜਾਂਦਾ ਜਾਂਦਾ ਮੈਂ ਹੋ ਗਿਆ ਅਤੇ ਲੇਟ ਅਤੇ ਮੈਂ ਕਿਹਾ ਮਿਸਤਰੀ ਭਰਾਵਾਂ ਨੂੰ ਮਿਲ ਕੇ ਜਾਵਾਂ ਮੈਂ ਜਾਂਦਾ ਜਾਂਦਾ ਹੈ ਵੇਖਾਂ ਕੱਲ੍ਹ ਨਾ ਕੀ ਕੀਤਾ ਆਹ ਬਲੇਕ ਕਾਲੇ ਉਹ ਪਰਨਾ ਦੋ ਮੁੰਡੇ ਦਾ ਗੁਰੂ ਆ ਕਿੱਥੇ ਪਰਨੇ ਤੋਂ ਹੀ ਜਾਂਦਾ ਇਹ ਬੰਦਾ ਤੁਹਾਡਾ ਹੈ ਓਵੇ ਓਵੇ ਲਾਡੀ ਲੱਭ ਲਿਆ ਪਰਨਾ ਦੇ ਲਾਡੀ ਰੱਖ ਦੇ ਸਿਰ 'ਤੇ ਦੱਸਦਾ ਨਹੀਂ ਆ ਇੱਦਾਂ ਲੈ ਉਹ ਤੁਰਿਆ ਫਿਰਦਾ ਵੀਰ ਹਾਂ ਮਿਸਤਰੀ ਠੀਕ ਠਾਕ ਹੈ ਵੇਖਲਾ ਤੁਸੀਂ ਲੈਂਟਰ ਇੱਕ ਅੱਧਾ ਹੋਰ ਪਾਓ ਗੱਡੀ ਇੱਕ ਹੋਰ ਆਏ ਨਹੀਂ ਜੀ ਹੈਂ ਪਹਿਲਾਂ ਲੈਂਟਰ ਪਾਇਆ ਥਾਰ ਆ ਗਈ ਦੂਜਾ ਲੈਂਟਰ ਪਾਇਆ ਤਾਂ ਆਪਾਂ ਇੱਕ ਹੋਰ ਕਾਰ ਆ ਗਈ ਤੀਜਾ ਲੈਂਟਰ ਪਾਓ ਇੱਕ ਹੋਰ ਕਾਰ ਆਏ ਨਹੀਂ ਫਿਰ ਹੈਂ ਕਿਉਂ ਉਸਤਾਦ ਜੀ ਦੱਸਦੇ ਨਹੀਂ ਜੀ ਇਹ ਬੰਦੇ ਸਾਰੇ ਘੈਂਟ ਆ ਬੰਦਿਆਂ ਨੇ ਬਰਕਤਾਂ ਜੀ ਹੈਂ ਦੱਸਦਾ ਨਹੀਂ ਜਿਹੜੀ ਤੀਆਂ ਸੀਸਾਂ ਮੁੰਡੇ ਦਿੰਦੇ ਇਹਨਾਂ ਇਹਨਾਂ ਚੀਜ਼ਾਂ ਆਈ ਜਾਂਦੀਆਂ ਜੀ ਇਹ ਘਰ ਵੀ ਇਹਦੇ ਨਾਲ ਪਾਈ ਜਾਂਦਾ ਕਿਉਂ ਉਸਤਾਦ ਠੀਕ ਠਾਕ ਜੀ ਲੈ ਵੀ ਬੰਦੇ ਖਿੱਚ ਦਿੱਤਾ ਕੰਮ ਮੇਰੇ ਬਿਨਾਂ ਤੁਸੀਂ ਕੰਮ ਨਹੀਂ ਜੀ ਕਰਦੇ ਮੈਂ ਹਿਸਾਬ ਲਾ ਲਿਆ ਤੁਸੀਂ ਮੈਨੂੰ ਯਾਦ ਕਰ ਦਿੰਦੇ ਜੀ ਲੈ ਵੀ ਪੀ ਓ ਪੀ ਥੱਲੇ ਰਸੋਈ ਦੀ ਵੀ ਓਕੇ ਰਿਪੋਰਟ ਕਰਦੇ ਲੱਗਾ ਰਸੋਈ ਦੇ ਵੱਟ ਇਹੋ ਜਿਹੇ ਕੱਢਣੇ ਆ ਨਾ ਇਹ ਕਾਹਨੂੰ ਗੱਲਾਂ ਹੀ ਕਰਾਉਣੀਆਂ ਜੀ ਲੈ ਵੀ ਥੱਲੇ ਵਾਲੇ ਪੋਰਸ਼ਨ ਦੀ ਪੀ ਓ ਪੀ ਰਹਿ ਗਈ ਮਿੱਤਰੋ ਪੀ ਓ ਪੀ ਨੇ ਡਾਊਨ ਸੀਲਿੰਗ ਹੁੰਦੀ ਸੱਚ ਮੈਨੂੰ ਚੇਤਾ ਭੁੱਲ ਜਾਂਦਾ ਕੁੜੀਆ ਵਾ ਹੈਂ ਅੱਧੀ ਪੀਤੀ ਨਹੀਂ ਪਤਾ ਲੱਗੇ ਹੋਲੇ ਹੈਂ ਦੱਸ ਦੇਣੀ ਜੀ ਆਹ ਤੁਹਾਡੇ ਭਰਾ ਦਾ ਕਮਰਾ ਜੀ ਸਭ ਤੋਂ ਇਹਨਾਂ 'ਤੇ ਤਿਆਰ ਕਰਾਉਣਾ ਆਪਾਂ ਹੈਂ ਪਹਿਲਾਂ ਸਭ ਤੋਂ ਪਹਿਲਾਂ ਮਾਂ ਵੀਰ ਦਾ ਫਿਰ ਬਾਪੂ ਦਾ ਫਿਰ ਮੇਰਾ ਅਤੇ ਬੇਬੇ ਦਾ ਸਭ ਤੋਂ ਇਹਨਾਂ 'ਤੇ ਤਿਆਰ ਹੋਊਗਾ ਉੱਤੇ ਵੇਖ ਆਵਾਂ ਮੈਂ ਕੱਲ੍ਹ ਦਾ ਕੀਤਾ ਕੀ ਆ ਹੈਂ ਲਾਲਾ ਹੋਈ ਬਈ ਵੇ ਰੌਣਕਾਂ ਮਿਸਤਰੀਆਂ ਨਾਲ ਸਾਰੀਆਂ ਦੇ ਮਿਸਤਰੀ ਨਾ ਹੋਣ ਤਾਂ ਰੌਣਕ ਨਹੀਂ ਰਹਿ ਜਾਂਦੀ ਰੌਣਕਾਂ ਮਿਸਤਰੀਆਂ ਨਾਲ ਵਾ ਲਾਲਾ ਵਾਲਾ ਕੁਰਬਲ ਕੁਰਬਲ ਹੁੰਦੀ ਰਹਿੰਦੀ ਨਾ ਘਰੇ ਹੈਂ ਉਸਤਾਦ ਜੀ ਠੀਕ ਠਾਕ ਜੀ ਲੈ ਲੈਂਟਰ ਪਾ ਤਾ ਕੱਲ੍ਹ ਇੱਧਰ ਆਪਾਂ ਇਹ ਪੋਰਸ਼ਨ ਮੈਂ ਤਿਆਰ ਕਰਾਇਆ ਬਾਅਦ ਚੋਂ ਲੈ ਵੀ ਮਿੱਤਰਾ ਆਹ ਪੋਰਸ਼ਨ ਆਪਾਂ ਕਰਾ ਤਾ ਤਿਆਰ ਬਹਿ ਖਲੋਣ ਨੂੰ ਇੱਥੇ ਕੁਰਸੀਆਂ ਡਾ ਕੇ ਵਿਆਹ ਕਰਾਂਗੇ ਸਾਹਮਣੇ ਇੱਥੇ ਗੱਡੀਆਂ ਗੁੱਡੀਆਂ ਵੀਡੀਓ ਪਾਣੀ ਬਣਾਉਂਦਾ ਸਮਾਲ ਬਣਾਇਆ ਕਰਨਾ ਹੈਂ ਬਾਬਾ ਸੁੱਖ ਰੱਖੇ ਅੰਦਰ ਦਾ ਫਰਸ਼ ਵੀ ਪੈ ਜਾ ਲੱਗਾ ਅੱਜ ਕੀ ਹਾਲ ਹੈ ਅੰਦਰ ਦਾ ਫਰਸ਼ ਪੈ ਕੇ ਉਹ ਤੋਂ ਬਾਅਦ ਲਾਵਾਂਗੇ ਪੱਥਰ ਦਾ ਕੰਮ ਸ਼ੁਰੂ ਹੋ ਜਾਣਾ ਪਰ ਪੱਥਰ ਦਾ ਕੰਮ ਕਰਾਉਣ ਤੋਂ ਪਹਿਲਾਂ ਜਿੰਨਾ ਚਿਰ ਕੰਧਾਂ 'ਤੇ ਨਹੀਂ ਨਾ ਹੁੰਦੀ ਪੀ ਓ ਪੀ ਪੱਟੀ ਨਹੀਂ ਵੱਜਦੀ ਉਹਨਾਂ ਜਦੋਂ ਤੱਕ ਆਪਾਂ ਪੱਥਰ ਨਹੀਂ ਲਵਾਉਣਾ ਕਿਉਂਕਿ ਮੈਂ ਇਹ ਚੀਜ਼ ਸੋਚਣਾ ਕਿ ਸਟੈਪ ਬਾਏ ਸਟੈਪ ਕੰਮ ਚੱਲੇ ਜੇ ਪੱਥਰ ਲਵਾ ਤਾ ਅਤੇ ਬਾਜੋ ਬਾਲਕੋਨੀਆਂ ਦੇ ਵਿੱਚ ਮੰਨ ਲਓ ਕੱਲ੍ਹ ਨੂੰ ਹਜੇ ਵਰਕ ਰਹਿੰਦਾ ਕਰਨ ਵਾਲਾ ਅਤੇ ਆਉਣ ਜਾਣ ਦੇ ਵਿੱਚ ਪੱਥਰ ਬਹੁਤ ਖਰਾਬ ਹੋਣਾ ਤਾਂ ਕਰਕੇ ਫਿਰ ਸਟੈਪ ਬਾਏ ਸਟੈਪ ਕਰਦਾ ਸਾਰਾ ਕੰਮ ਇਹ ਬਾਪੂ ਦਾ ਕਮਰਾ ਜੀ ਮੈਂ ਵੀ ਦੂਜੀ ਕਹਿੰਦਾ ਉੱਤੇ ਚੱਲੀਏ ਕੋਠੇ 'ਤੇ ਰੀਲ ਵੱਡੀ ਘੈਂਟ ਨਿਕਲੀ ਆ ਇਹ ਦੂਜੀ ਭਰਾ ਮੇਰਾ ਧਿਆਨ ਬਹੁਤ ਰੱਖਦਾ ਹੈ ਇਹ ਸਾਡੀ ਸੱਜੀ ਆ ਅਤੇ ਬਾਕੀ ਸੱਜੀਆਂ ਮੇਰੀਆਂ ਕੋਈ ਨਹੀਂ ਜੀ ਉੱਠੀਆਂ ਮੰਨਾ ਨਹੀਂ ਉੱਠਿਆ ਕੋਈ ਨਹੀਂ ਉੱਠਿਆ ਸਰਪੰਚ ਵੀ ਸਰਪੰਚ ਤਾਂ ਬਾਹਲੇ ਨਜ਼ਾਰੇ ਲੈਣ ਡਿਆ ਨਾ ਸਰਪੰਚ ਤਾਂ ਮੈਂ ਨਾ ਜਿਮ ਜੁੰਮ ਜਦੋਂ ਦਾ ਬਿਮਾਰ ਹੋਇਆ ਅਤੇ ਉਹ ਉਹਨਾਂ ਨੇ ਲਾਡਲਾ ਸਾਡਾ ਲਾਡਲਾ ਸ਼ਖਸ ਆ ਉਹ ਲਾਡਲਾ ਕਰਕੇ ਅਸੀਂ ਉਹਨੂੰ ਕੁਝ ਆਉਂਦੇ ਨਹੀਂ ਆ ਕਿ ਚੱਲ ਕੋਈ ਨਹੀਂ ਲੈ ਵੀ ਮੌਸਮ ਤਾਂ ਘੈਂਟ ਹੋਇਆ ਦੋਚੀ ਆ ਚੱਲ ਵੇ ਭਾਈ ਚਲੀਏ ਚੰਡੀਗੜ੍ਹ ਨੂੰ ਮੀਂਹ ਆ ਗਿਆ ਮੱਠਾ ਮੱਠਾ ਲੈ ਵੀ ਮਿੱਤਰ ਅਜੇ ਵੀ ਨਾ ਕਈ ਰੱਬ ਲੇਖਾ ਪੈ ਜਾਂਦਾ ਮੈਂ ਨਾ ਚਾਬੀ ਲਾਉਣਾ ਚਾਬੀ ਲੱਗੀ ਨਹੀਂ ਫਿਰ ਮੈਨੂੰ ਪਤਾ ਲੱਗਿਆ ਕਿ ਨਹੀਂ ਬਈ ਇਹਦੇ ਚਾਬੀ ਇੱਥੇ ਰੱਖ ਕੇ ਅਤੇ ਇੱਥੋਂ ਬਟਨ ਲੱਪਣਾ ਪੈਂਦਾ ਹੈ ਸੋ ਮੇਰੇ ਜਾਨ ਚੱਲੀਏ ਚੰਡੀਗੜ੍ਹ ਨੂੰ ਰਾਹ 'ਚ ਇੱਕ ਸਟੋਪ ਲਵਾਂਗੇ ਕਾਫੀ ਕਾਫੀ ਪੀਵਾਂਗੇ ਅਤੇ ਰੋਕ ਕੇ ਅੱਜ ਯਾਰ ਤੁਹਾਡਾ ਇਕੱਲਾ ਹੀ ਬੁੱਕੂਗਾ ਹੈਂ ਲੈ ਵੀ ਮਿੱਤਰਾ ਤੁਰ ਪਈ ਯਾਰ ਨਹੀਂ ਚੰਡੀਗੜ੍ਹ ਕੋ ਅਤੇ ਚੰਡੀਗੜ੍ਹ ਜਾਣ ਦੇ ਦੋ ਤਿੰਨ ਕਾਰਨ ਆ ਅਤੇ ਇੱਕ ਤਾਂ ਮਨਿੰਦਰ ਨੇ ਬਾਹਰ ਆਉਣਾ ਉਹਨੂੰ ਲੈਣ ਜਾਣਾ ਹੈ ਨਾ ਅਤੇ ਇੱਕ ਦੋ ਕੰਮ ਆਪਣੇ ਹੋਰ ਨੇ ਕਿ ਉਹ ਕਰ ਲਾਂਗੇ ਇੱਕ ਸਪਲੀਮੈਂਟ ਵਗੈਰਾ ਵੀ ਲੈ ਕੇ ਆਉਣਾ ਮੈਨੂੰ ਇਹ ਚੰਡੀਗੜ੍ਹ ਜਾਊਂਗਾ ਉੱਥੋਂ ਫਿਰ ਲੁਧਿਆਣੇ ਇੱਕ ਦਿਨ ਕੱਢ ਕੇ ਸਪਲੀਮੈਂਟ ਲੈ ਆਊਂਗਾ ਅਤੇ ਫਿਰ ਉਸ ਤੋਂ ਬਾਅਦ ਫਿਰ ਪੇਂਡੀ ਡੇਰੇ ਲਾਵਾਂਗੇ ਪੱਕੇ ਫਿਰ ਗੱਡੀ ਦੀ ਮੋਡੀਫਿਕੇਸ਼ਨ ਵੀ ਕਰਾਉਣੀ ਹੌਲੀ ਹੌਲੀ ਕਰਾਈ ਆਉਂਗੇ ਕਿਉਂਕਿ ਇੱਕਦਮ ਕੋਈ ਚੀਜ਼ ਨਹੀਂ ਮਿਲਣੀ ਹੁਣ ਕੱਲ੍ਹ ਮੈਂ ਆਪਣੇ ਡੇਰੇ ਵਾਲੇ ਬਾਈਕ ਹੋ ਗਿਆ ਸੀ ਹੈ ਕੁਛ ਚੀਜ਼ਾਂ ਔਡਰ ਕਰ ਲਈਆਂ ਹੁਣ ਜਿਹੜੀਆਂ ਚੀਜ਼ਾਂ ਕਿਉਂਕਿ ਪਤਾ ਕੀ ਹੁੰਦਾ ਕਿ ਉਹ ਬੰਦੇ ਦਾ ਆਪਣਾ ਪ੍ਰੇਮ ਪਿਆਰ ਬੜਾ ਅਤੇ
ਜਿਹੜੀ ਚੀਜ਼ ਉਹਨੇ ਆਪਾਂ ਨੂੰ ਮੰਗਵਾ ਦੇਣੀ ਨਾ, ਇੱਕ ਯਕੀਨ ਹੁੰਦਾ ਬੰਦੇ 'ਤੇ ਹੈ ਨਾ, ਉਹ ਆਪਾਂ ਨੂੰ ਜੈਨੂਅਨ ਚੀਜ਼ ਮੰਗਾ ਕੇ ਦਊਗਾ ਅਤੇ ਵਧੀਆ ਓਰੀਜਨਲ ਚੀਜ਼ ਮੰਗਾ ਕੇ ਦਊਗਾ ਹੈ ਨਾ, ਇੱਕ ਉਹਦੇ ਨਾਲ ਆਪਣਾ ਪ੍ਰੇਮ ਪਿਆਰ ਆ, ਅਤੇ ਬਾਕੀ ਜਿਹੜਾ ਵੀਲਾਂ ਟਾਇਰਾਂ ਵਾਲਾ ਵਾ ਉਹ ਆਪਣੇ ਕ੍ਰੀਏਟਿਵ ਵਾਲੇ ਬਾਈ ਜੀ, ਤੁਹਾਨੂੰ ਪਤਾ ਉਹਨਾਂ ਤੋਂ ਬਿਨਾਂ ਹੁਣ ਪੈਰਸ, ਮੈਨੂੰ ਬੜੇ ਮੈਸੇਜ ਹੁੰਦੇ ਕਹਿੰਦੇ ਬਾਈ ਪੈਰਸ ਕੋ ਕਿਉਂ ਨਹੀਂ ਪਾਏ, ਜਾਣ ਪੈਰਸ ਵੀ ਆਪਣਾ ਭਰਾ, ਪਰ ਪੈਰਸ ਕੰਮ ਬੰਦ ਕਰ ਗਿਆ ਵਾ, ਪੈਰਸ ਉੱਥੇ ਦੁਕਾਨ ਤੋਂ ਮਤਲਬ ਕਿ ਕੰਮ ਛੱਡ ਗਿਆ ਵਾ ਹੈ ਨਾ ਆਪਣਾ ਪੈਰਸ ਨਾਲ ਪਿਆਰ ਹੀ, ਅਤੇ ਤਾਂ ਕਰਕੇ ਪੈਰਸ ਨੇ ਮਤਲਬ ਕਿ ਬਾਹਰ ਬੂਰ ਜਾਣਾ ਕੀ ਸਿਸਟਮ ਜਾਂ ਹੋਰ ਵੀ ਕੰਮ ਕਰਨਾ ਹੈ ਨਾ, ਪੈਰਸ ਕੋ ਪਤਾ ਨਹੀਂ ਗਏ ਹੁਣ, ਇਹ ਕਿ ਹੁਣ ਆਪਣਾ ਭਰਾ ਆਪਾਂ ਜਾਣਾ ਉੱਥੇ ਮਿਲਾਂਗੇ ਗਿਲਾਂਗੇ ਸਾਰਿਆਂ ਨੂੰ, ਇਹ ਕੋਈ ਚੱਕਰ ਵਾਲੀ ਗੱਲ ਨਹੀਂ ਆ, ਗੱਲ ਇਹ ਕਿ ਹੁਣ ਆਪਣਾ ਕ੍ਰੀਏਟਿਵ ਵਾਲੇ ਬਾਈ, ਅਸਲ ਵਿੱਚ ਨਾ ਕ੍ਰੀਏਟਿਵ ਵਾਲੇ ਬਾਈਆਂ ਦੇ ਨਾਲ ਮੇਰਾ ਪ੍ਰੇਮ ਪਿਆਰ 2015-16 ਦਾ ਹੈ ਨਾ, 2015-16 ਦਾ ਮੇਰਾ ਉਹਨਾਂ ਨਾਲ ਪ੍ਰੇਮ ਪਿਆਰ ਹੈ, ਬਾਅਦ 'ਚ ਮੈਂ ਚੰਡੀਗੜ੍ਹ ਰਚ ਲੱਗਿਆ 2 ਸਾਲ, ਫਿਰ ਲਗਾਤਾਰ ਉੱਥੇ ਰਿਹਾ, ਇੱਥੇ ਆਉਣ ਦਾ ਸਾਡਾ ਰੁਝਾਨ ਘੱਟ ਗਿਆ ਹੈ ਨਾ, ਇਹ ਨਹੀਂ ਕਿ ਅਸੀਂ ਮਤਲਬ ਕਿ ਮਿਲਦੇ ਵਰਤਦੇ ਨਹੀਂ ਹਾਂ, ਇੱਦਾਂ ਦੀ ਕੋਈ ਚੀਜ਼ ਨਹੀਂ ਹੁੰਦੀ, ਅਤੇ ਫਿਰ ਹੁਣ ਇੱਥੋਂ ਜਿੱਦਾਂ ਆਪਾਂ ਕਹਿ ਲਈਏ ਕਿ ਹੁਣ ਅੰਮ੍ਰਿਤਸਰ ਰਹਿੰਦੇ ਹਾਂ, ਅਤੇ ਅੰਮ੍ਰਿਤਸਰ ਹੁਣ ਮੇਰਾ ਉਹਨਾਂ ਨਾਲ ਪਿਆਰ ਹੈ, ਅਤੇ ਮੇਰੀ ਜਿੱਦਾਂ ਵੀਲ ਟਾਇਰ ਕੋਈ ਵੀ ਚੀਜ਼ ਹੈ ਮੈਂ ਉਹਨਾਂ ਕੋਲ ਹੀ ਜਾਂਦਾ ਹੈ ਨਾ, ਇੱਕ ਪ੍ਰੇਮ ਪਿਆਰ ਦੀ ਗੱਲ, ਇੱਕ ਚੀਜ਼ ਅਵੇਲੇਬਲ ਕਰਵਾ ਦੇਣੀ ਹੈ ਨਾ, ਅਤੇ ਇੱਕ ਮਾਨਤਨ ਹੁੰਦਾ ਬੰਦੇ ਦਾ ਉਹਨਾਂ ਨਾਲ ਪ੍ਰੇਮ ਪਿਆਰ ਕਰਕੇ, ਆਪਾਂ ਨੂੰ ਵੀਲਾਂ ਦਾ ਕੱਲ੍ਹ ਮੈਂ ਕਹਿ ਕੇ ਆਇਆ ਅਜੇ, ਅਤੇ ਉਹਨਾਂ ਨੇ ਇੱਕ ਹਫ਼ਤੇ ਦਾ ਮੈਨੂੰ ਕਿਹਾ, ਅਤੇ ਇੰਨਾ ਮੈਨੂੰ ਪਤਾ ਕਿ ਉਹਨਾਂ ਨੇ ਹਫ਼ਤੇ ਤੋਂ ਪਹਿਲਾਂ ਮੈਨੂੰ ਮੰਗਵਾ ਦੇਣੇ ਆ ਹੈ ਨਾ, ਇਹ ਚੀਜ਼ ਹੁੰਦੀ ਹਫ਼ਤੇ ਦਾ, ਤਾਂ ਕਿਹਾ ਕਿ ਚੀਜ਼ ਲੇਟ ਸ਼ੇਟ ਹੋ ਜਾਂਦੀ ਆ, ਸੋ ਮੇਰੀ ਜਾਨ ਚੱਲਦੇ ਆ ਚੰਡੀਗੜ੍ਹ, ਅਤੇ ਘੁੰਮੀ ਫਿਰੀ ਕਰਦੇ ਹਾਂ ਉੱਥੇ, ਹੈ ਨਿਕਲੇ ਨਿਕਲੇ ਪਤਾ ਨਾ ਵਿਖਾਈ ਜਾਊਗਾ ਨਾਲ ਨਾਲ, ਹੈਂ ਆ ਜਾਓ ਲੈ ਬਈ ਮਿੱਤਰਾ, ਰਾਣੀ ਖੇਤੀ ਆਪਾਂ ਚੰਡੀਗੜ੍ਹ ਤੋਂ, ਪਰ ਤੇਲ ਆਪਾਂ ਇੱਥੋਂ ਪਾ ਲੈਣਾ, 100 ਕਿਲੋਮੀਟਰ ਦੀ ਰੇਂਜ ਸ਼ੋਅ ਕਰਨ ਡਈ ਆ, ਅਤੇ ਟੈਂਕੀ ਫੁੱਲ ਕਰਾਉਂਦੇ ਭਲਾ ਕਿੰਨੇ 'ਚ ਹੁੰਦੀ ਆ, ਲੈ ਬਈ ਮਿੱਤਰਾ ਟੈਂਕੀ ਕਰਾਈਏ ਫੁੱਲ, ਤਾਂ ਦੇਣੇ ਕਿੰਨੇ 'ਚ ਹੁੰਦੀ ਆ ਅੱਜ, ਹੈਂ 100 ਕਿਲੋਮੀਟਰ ਚੱਲਣ ਜੋਗਾ ਤੇਲ ਹੈਗਾ ਇਹ ਵਿੱਚ, ਬਾਕੀ ਦੇਣੇ ਆ ਮੈਕੋ ਨਾ ਭਰਨੀ ਸਤਾ ਜੀ ਆਪਾਂ ਅੱਜ, ਹੈਂ ਲੈ ਬਈ ਮਿੱਤਰਾ, ਰਾਣੀ ਰਾਣੀ 6000 'ਚ ਮੰਨੀ ਅੱਜ, ਹੈਂ ਨੱਕੋ ਨੱਕ ਭਰ ਕੇ, ਅਤੇ ਰੇਂਜ ਆਈ ਇਹਦੀ 354 ਕਿਲੋਮੀਟਰ ਚੱਲਣ ਦੀ, ਹੈਂ ਰਾਣੀਏ ਇੰਨੀ ਐਵਰੇਜ ਘੱਟ ਪੁੱਗੇ, ਚੱਲ ਕੋਈ ਨਹੀਂ ਲੈ ਬਈ ਮਿੱਤਰਾ, ਮੈਂ ਨਾ ਪੰਪ 'ਤੇ ਤੇਲ ਪਵਾਉਣਾ, ਮੇਰੇ ਪਿੰਡ ਦਾ ਵੀਰ ਮਿਲਿਆ ਮੈਨੂੰ, ਕਹਿੰਦੇ ਇਕੱਠੇ ਨਾਲ ਵਾਲੀ ਵਾਲਾ ਖੇਡਦੇ, ਨਹੀਂ ਮੇਰੇ ਤੋਂ ਛੋਟਾ ਸੀ ਮੁੰਡਾ ਉਹ, ਅਤੇ ਮਤਲਬ ਗੱਲਾਂ ਬਾਤਾਂ ਕਰਨ ਡਿਆ ਵੀ, ਪੁਰਾਣੀਆਂ ਗੱਲਾਂ ਬਾਤਾਂ ਕਰਨ ਡਿਆ ਵੀ, ਅਤੇ ਕਹਿੰਦਾ ਵੀਰ ਬੜੀ ਖੁਸ਼ੀ ਹੋਈ ਤੂੰ ਗੱਡੀ ਲਈ, ਅਤੇ ਫਿਰ ਉਹਨੇ ਮੈਨੂੰ 2-3 ਚੀਜ਼ਾਂ ਚੇਤੇ ਕਰਾਈ, ਕਹਿੰਦਾ ਵੀਰ ਤੈਨੂੰ ਪਤਾ ਆਪਾਂ ਵਾਲੀ ਨੂੰ ਇਕੱਠੇ ਖੇਡਦੇ ਨਹੀਂ ਜਾਂ ਕਿੱਦਾਂ, ਮੈਂ ਮੇਰੀ ਜਨਮ ਨੂੰ ਸਭ ਕੁਝ ਚੇਤਾ, ਜਿਹੜੇ ਬੰਦੇ ਨੇ ਆਪਾਂ ਬਹਿ ਖਲੋ ਕੇ ਖਾਧਾ ਹੋਵੇ ਨਾ, ਮਤਲਬ ਕਿ ਯਾਰ ਉਹ ਚੀਜ਼ਾਂ ਮੇਰੇ ਹਿਸਾਬ ਨਾਲ ਬੰਦਾ ਭੁੱਲ ਨਹੀਂ ਸਕਦਾ, ਕਿਤੇ ਨਾ ਕਿਤੇ ਜਦੋਂ ਬੰਦੇ ਆਪਾਂ ਨੂੰ ਪੁਰਾਣੇ ਮਿਲਦੇ ਆ ਨਾ, ਜਿੱਦਾਂ ਆਪਾਂ ਕਿ ਜਿੱਦਾਂ ਮੈਂ ਵਾਲੀਬਾਲ ਦੀ ਗੇਮ ਕਰਦਾ ਸੀ, ਮੈਨੂੰ ਮੇਰੇ ਦਿਮਾਗ 'ਚੋਂ ਸਾਰੀ ਫਿਰਕੀ ਘੁੰਮ ਜਾਂਦੀ ਹੈ ਕਿ ਹਾਂ ਵੀ ਇਕੱਠੇ ਕਈ ਕੀ ਕਰਦੇ ਹੁੰਦੇ ਸੀ, ਅਤੇ ਵਧੀਆ ਲੱਗਦਾ ਜਦੋਂ ਪੁਰਾਣੇ ਵੀਰ ਭਰਾ ਮਿਲਦੇ ਨਾ ਇੱਦਾਂ, ਅਤੇ ਮੈਂ ਮਤਲਬ ਕਿ ਤੇਲ ਪਾਉਣ ਡਿਆ, ਮੇਰਾ ਧਿਆਨ ਨਹੀਂ ਹੋ ਗਿਆ, ਉਹਨੇ ਵਿਚਾਰ ਨੇ ਮੈਨੂੰ ਆਇਆ ਕਿ ਪੁੱਛਿਆ, ਕਹਿੰਦਾ ਕੀ ਹਾਲ ਡਾਲ ਲਈ ਜਾਂ ਕਿੱਦਾਂ ਭਰਾ, ਮੈਂ ਕਿਹਾ ਵਧੀਆ ਬੜੀ, ਕਹਿੰਦਾ ਪਛਾਣਿਆ, ਮੈਂ ਕਿਹਾ ਪਛਾਣਦਾ ਕਿਉਂ ਨਹੀਂ, ਕਿਉਂਕਿ ਜਿਹੜੇ ਬੰਦੇ ਨੂੰ ਆਪਾਂ ਇੱਕ ਨਾਲ ਮਿਲ ਲਈ, ਜਿਹਨਾਂ ਇੰਨਾ ਟਾਈਮ ਖੇਡਿਆ ਉਹਨਾਂ ਨਾਲ ਮੈਂ ਮੇਰੇ ਸਾਥ 2-3 ਸਾਲ ਇਕੱਠਾ ਖੇਡਦੇ ਰਹੇ ਸੀ ਪਿੰਡ, ਮੈਂ ਜਦੋਂ ਗੇਮ ਸ਼ੁਰੂ ਕੀਤੀ ਵਾਲੀਬਾਲ ਦੀ ਨਵੀਂ ਨਵੀਂ, ਅਤੇ ਮੈਂ ਸਟਾਰਟਿੰਗ ਦੇ ਵਿੱਚ ਜਦੋਂ ਪਿੰਡ ਪਹਿਲਾਂ ਗਰਾਊਂਡ ਚੱਲ ਜਾਣਾ ਮੈਂ ਅੱਧਾ ਪੌਣਾ ਘੰਟਾ, ਜਿੱਦਾਂ ਸਾਰੇ ਮੁੰਡੇ ਇਕੱਠੇ ਹੁੰਦੇ ਨਾ 4 ਵਜੇ 5 ਵਜੇ, ਅਤੇ ਜੇ 5 ਵਜੇ ਇਕੱਠੇ ਨਾ ਤਾਂ ਮੈਂ 4 ਵਜੇ ਪਹਿਲਾਂ ਵੜਿਆ ਹੁੰਦਾ ਸੀ ਜਾ ਕੇ ਗਰਾਊਂਡ ਦੇ ਵਿੱਚ, ਜਾਂ ਵੀ ਆਪਣਾ ਸਾਰਿਆਂ ਨੇ ਆਉਣਾ ਵਾ ਜਾਂ ਕਿੱਦਾਂ, ਐਂ ਗੋਰੀ ਗੋਰੀ 3-3 ਜਣੇ ਬਹਿ ਕੇ ਜਾਂਦੇ ਐਂ ਕਾਲਜ ਨੂੰ, ਅਤੇ ਮੈਂ ਪਹਿਲਾਂ ਅੱਧਾ ਪੌਣਾ ਘੰਟਾ ਪਹਿਲਾਂ ਜਾ ਕੇ ਆਪਣੀ ਵੱਖਰੀ ਪ੍ਰੈਕਟਿਸ ਕਰਦੇ ਰਹਿਣਾ, ਜਾਂ ਇਹਨਾਂ ਇਹਨਾਂ ਨੂੰ ਮੁੰਡਿਆਂ ਜਿਹੜਾ ਮੈਨੂੰ ਮਿਲਿਆ ਸੀ ਨਾਲ, ਇਹਨਾਂ ਨੂੰ ਲੈ ਕੇ ਮੈਂ ਬੈਟਿੰਗ ਕਰਦੇ ਰਹਿਣਾ ਵਾਲੀਬਾਲ ਨੂੰ, ਪਤਾ ਨਹੀਂ ਬੈਟਿੰਗ ਕੀ ਹੁੰਦੀ ਪਹਿਲਾਂ ਹੈ ਨਾ, ਅਤੇ ਉਹ ਚੀਜ਼ ਕਰਦੇ ਰਹਿਣਾ, ਵਧੀਆ ਸੀ ਉਹ ਵੀ ਦਿਨ, ਵਧੀਆ ਸੀ ਆਹ ਵੀ ਵਧੀਆ, ਚਲੋ ਮਾਰ ਸੁੱਖ ਰੱਖੇ ਅੱਗੇ ਵੀ ਇੱਦਾਂ ਹੀ ਵਧੀਆ ਆਉਣ ਹੈ ਨਾ, ਸੰਧੂ ਸਾਹਿਬ ਕੀ ਹਾਲ ਮੇਰੀ ਜਾਨ, ਤੁਹਾਨੂੰ ਮੇਰੀ ਜਾਨ ਬਹੁਤ ਬਹੁਤ, ਤੁਹਾਨੂੰ ਪਤਾ ਐਤਵਾਰ ਮੈਂ ਸਿੰਘ ਸ਼ਹੀਦਾਂ ਦੇ ਜਾਣਾ ਹੀ ਜਾਣਾ ਹਨਾ, ਤੇ ਉਹ ਭਾਵੇਂ ਮੈਂ ਸਪੈਸ਼ਲ ਜਾਵਾਂ ਪਿੰਡੋਂ ਜਿੱਦਾਂ ਮਰਜ਼ੀ, ਨਹੀਂ ਨੋਰਮਲ ਠੰਡੇ ਨਹੀਂ ਪੀਣੇ ਜਾਣ, ਮੇਰੇ ਗਲਾ ਖਰਾਬ ਕਰਨਾ ਬਾਅਦ ਲੋਕਾਂ ਨੇ ਕਹਿਣਾ ਫੀਮ ਖਾਧੀ ਨੇ, ਹੈਂ ਸੋ ਮੇਰੀ ਜਾਨ, ਅਤੇ ਚੱਲਦੇ ਹਾਂ ਗੁਰੂ ਮਹਾਰਾਜ ਦਰਸ਼ਨ ਵਾਸਤੇ, ਅਤੇ ਰੱਬ ਵੱਲੋਂ ਸਬੱਬ ਬਣ ਗਿਆ ਕਿ ਉਹਦੇ ਨਾਲ ਕਿ ਜਦੋਂ ਆਪਣੇ ਕਰਮਾਂ 'ਚ ਮਹਾਰਾਜ ਦਾ ਬੁਲਾਵਾ ਨਹੀਂ ਹੈਗਾ ਆਪਾਂ ਨਹੀਂ ਜਾ ਸਕਦੇ, ਅਤੇ ਜਦੋਂ ਮਾਲਕ ਆਪਣੇ 'ਤੇ ਮਿਹਰ ਰਹਿੰਦਾ ਕਰਦਾ ਆਪਾਂ ਫਿਰ ਹੀ ਦੇ ਘਰ ਜਾ ਸਕਦੇ ਹਾਂ, ਅਤੇ ਸੋ ਅਤੇ ਕਿੱਥੇ ਜਾਣਾ ਮੇਰੀ ਜਾਨ, ਚੱਲ ਜਾਏ ਮੇਰੀ ਜਾਨ, ਹੋਰ ਦੱਸੋ ਸਿੰਘ ਵੀ ਮਿੱਤਰਾ, ਭੂਆ ਵਾਲੇ ਦਾ ਫੋਨ ਆ ਗਿਆ, ਭੂਆ ਵਾਲੇ ਦਾ ਹੈ ਅਮਰੀਕਾ ਹੀ ਤੋਂ, ਗੱਲਬਾਤ ਕਰਦੇ ਆ, ਮੇਰਾ ਅੱਧਾ ਪੌਣਾ ਘੰਟਾ ਲੰਘ ਗਿਆ, ਅਤੇ ਉਹ ਤੋਂ ਬਾਅਦ ਹੁਣ ਮੈਂ ਪਹੁੰਚ ਗਿਆ ਕੈਫੇ, ਅਤੇ ਮੈਂ ਇਹਨੂੰ ਆਖਿਆ, ਮੈਂ ਕਿਹਾ ਸੱਜਣਾ ਮੈਂ ਕੁਛ ਖਾ ਪੀ ਲਵਾਂ ਅਤੇ ਤੈਨੂੰ ਕਰਦਾ ਮੈਂ ਬਾਅਦ 'ਚੋਂ ਕੌਲ, ਅਤੇ ਸੋ ਮੇਰੀ ਜਾਨ ਆਪਾਂ ਖਾਂਦੇ ਪੀਂਦੇ ਕੁਛ ਫਿਰ ਜਾਂਦੇ ਹਾਂ, ਅਗਲਾ ਸਟੇਜ ਇਹਨੇ ਕਿੱਥੇ ਹੁਣ, ਅਤੇ ਫਿਲਹਾਲ ਕੈਫੇ ਤੋਂ ਕੁਛ ਖਾ ਲਈਏ, ਮੈਂ ਵੀ ਮਿੱਤਰਾ ਖਾ ਲਿਆ ਸਭ ਦੇ ਕੌਫੀ,
ਹੋ ਗਏ ਓਕੇ ਰਿਪੋਰਟ ਦੇ ਸਿੱਧਾ ਜੀ ਆਵਾਂਗੇ ਚੰਡੀਗੜ੍ਹ ਨੂੰ ਵੀਰ ਨੇ ਫੁੱਲ ਜਿਹਾ ਬੜਾ ਸੋਹਣਾ ਬਣਾ ਕੇ ਦਿੱਤਾ ਉੱਥੇ ਖਰਾਬ ਕਰਨ ਨੂੰ ਜੀ ਨਹੀਂ ਕਰਦਾ ਪਰ ਕੀ ਕਰੀਏ ਪੀਣੀ ਪੈਣੀ ਹੈ ਲੈ ਵੀ ਮਿੱਤਰਾ ਗੱਲ ਇੱਦਾਂ ਆ ਸਭ ਇਹ ਖਾ ਲਿਆ ਕਾਫੀਆਂ ਲੇੜਾਂ ਮਾਰਨੀਆਂ ਅਤੇ ਹੁਣ ਜਾਣਗੇ ਯਾਰ ਹੁਣ ਸਿੱਧਾ ਚੰਡੀਗੜ੍ਹ ਨੂੰ ਗੱਡੀ ਆਪਣੀ ਰੈਡੀ ਆ ਲਓ ਇਹ ਭਾਈ ਚੱਲੀਏ ਕੀ ਹਾਲ ਸ਼ਾਹ ਜੀ ਕੀ ਸ਼ਾਹ ਜੀ ਆ ਜਾਓ ਮਿਲ ਜਾਣ ਮੈਂ ਵੀ ਕਹਿੰਦੇ ਹਾਰਲੇ ਕਿਆ ਬਾਤ ਹੈ ਇਹ ਵੀ ਲੈ ਕੇ ਬਣਾ ਆਪਾਂ ਇੱਕ ਦਿਨ ਵੀ ਮਿੱਤਰਾ ਕਾਫੀ ਕਾਫੀ ਪੀ ਲਈਓ ਚੱਲੀਏ ਬਾਈ ਹਾਰਲੇ ਬਾਈ ਨੇ ਬਹੁਤ ਸੋਹਣਾ ਤਿਆਰ ਕਰਾਇਆ ਮੈਂ ਨਾ ਕੱਲ੍ਹ ਨੂੰ ਗੱਲਾਂ ਕਰੀਆਂ ਆਪਣਾ ਤਾਂ ਆ ਗਿਆ ਦਿਲ ਠੀਕ ਹੈ ਮਿਲੀ ਜਾਣ ਬਾਏ ਬਾਏ ਭਰਾ ਆਪਣੇ ਤਰਨ ਤਾਰਨ ਤੋਂ ਹੀ ਅਤੇ ਭਰਾ ਨੂੰ ਮਿਲ ਕੇ ਬਹੁਤ ਵਧੀਆ ਲੱਗਾ ਅਤੇ ਬਾਈ ਨੇ ਮੈਨੂੰ ਇੱਕ ਚੀਜ਼ ਬੜੀ ਸੋਹਣੀ ਦੱਸੀ ਬਾਈ ਕਹਿੰਦਾ ਕਹਿੰਦਾ ਬਾਈ ਜਿਹੜੇ ਸਾਡਾ ਤੇਰਾ ਸਰੀਰ ਆ ਅਤੇ ਕਹਿੰਦਾ ਕਿ ਮੈਂ ਤੈਨੂੰ ਬੁਲਾਇਆ ਅਤੇ ਮੈਨੂੰ ਆਪਾਂ ਗੱਲ ਅਸੀਂ ਦੋ ਚਾਰ ਮਿੰਟ ਖਲੋਤੇ ਰਹੇ ਮੈਂ ਤੇ ਬਾਈ ਬਾਈ ਕਹਿੰਦਾ ਕਿ ਯਾਰ ਤੇਰੇ ਸਰੀਰ ਦੇ ਹਿਸਾਬ ਨਾਲ ਤੇਰੀ ਬੋਲੀ ਬਹੁਤ ਵਧੀਆ ਵਾ ਕਿ ਬਹੁਤ ਸੋਹਣੀ ਤਰੀਕੇ ਨਾਲ ਕਹਿੰਦਾ ਬਾਈ ਕਹਿੰਦਾ ਗੱਲ ਕੀਤੀ ਅਤੇ ਮੈਂ ਕਿਹਾ ਜਾਣ ਮੇਰੀ ਇਹ ਕਿ ਮਿਲ ਕੇ ਬੰਦੇ ਦਾ ਪਤਾ ਲੱਗਦਾ ਅਤੇ ਬਹੁਤ ਵਧੀਆ ਲੱਗਾ ਬਾਈ ਨੇ ਮਿਲ ਕੇ ਗੱਲ ਕਰਦੀ ਤਾਂ ਕਈ ਵਾਰ ਆਪਾਂ ਨੂੰ ਰਾਹ ਜਾਂਦੇ ਕੋਈ ਇਹੋ ਜਿਹੇ ਇਨਸਾਨ ਮਿਲ ਜਾਏ ਜਿਹਨਾਂ ਆਪਣਾ ਪ੍ਰੇਮ ਪਿਆਰ ਪੈ ਜਾਂਦਾ ਹੈ ਨਾ ਅਤੇ ਮੈਂ ਬਾਈ ਨੂੰ ਕਹਿਣਾ ਮੈਂ ਬਾਈ ਮੈਨੂੰ ਬੜਾ ਸ਼ੌਕ ਹੈ ਹਾਰਲੇ ਦਾ ਅਤੇ ਮੈਂ ਪਰ ਮਨੇਸ਼ ਜੀ ਦੀ ਨੌਲੇਜ ਨਹੀਂ ਹੈਗੀ ਅਤੇ ਬਾਈ ਕਹਿੰਦਾ ਕੋਈ ਚੱਕਰ ਵਾਲੀ ਗੱਲ ਨਹੀਂ ਹੈ ਅਤੇ ਇੱਕ ਸਭ ਤੋਂ ਵਧੀਆ ਗੱਲ ਕਿ ਬਾਈ ਆਪਣੇ ਹੈ ਵੀ ਤਰਨ ਤਾਰਨ ਦਾ ਆਪਣੇ ਏਰੀਏ ਦਾ ਅਤੇ ਮੈਂ ਕਿਹਾ ਮਿਲੀ ਜਾਣ ਜਦੋਂ ਕਿਤੇ ਹਾਰਲੇ ਦਾ ਬਣ ਗਿਆ ਪਲੈਨ ਤੁਹਾਨੂੰ ਜ਼ਰੂਰ ਯਾਦ ਕਰਾਂਗੇ ਹੈ ਨਾ ਸੋ ਮੇਰੀ ਜਾਨ ਚੱਲਦੇ ਹਾਂ ਫਿਰ ਹੁਣ ਚੰਡੀਗੜ੍ਹ ਨੂੰ ਅਤੇ ਉੱਥੇ ਜਾ ਕੇ ਕਰਦੇ ਹਾਂ ਗੁਰੂ ਮਹਾਰਾਜ ਦੇ ਦਰਸ਼ਨ ਜਿੰਮ ਲਾਉਣਾ ਵਾ ਅਤੇ ਹੋਰ ਜਿਹੜੇ ਨਿਗੇ ਨਿਗੇ ਕੰਮ ਕਰਨੇ ਉਹ ਕਰਕੇ ਅਤੇ ਫਿਰ ਅਗਰ ਇੰਨੀ ਸ਼ੁਰੂਆਤ ਕਰਾਂਗੇ ਵੇਖੋ ਅਗਲੇ ਦਿਨ ਕੀ ਹੁੰਦਾ ਲੈ ਮੇਰੀ ਜਾਨ ਮੋਹਾਲੀ ਪਹੁੰਚ ਲੱਗੇ ਮੋਹਾਲੀ ਤੋਂ ਪਹਿਲਾਂ ਰੋਪੜ ਦਾ ਰੋਪੜ ਵਾਲਾ ਟੂਲ ਪਲਾਜ਼ਾ ਯਾਰ ਵਾਲਾ ਕਰ ਲਿਆ ਕਰੋਸ ਅਤੇ ਹੌਲੀ 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 ਖਾਂਦੇ ਪੀਂਦੇ ਇੱਕ ਸਟੋਪ ਲਿਆ ਰਾਹ 'ਚ ਅਤੇ ਉਸ ਤੋਂ ਬਾਅਦ ਮਜ਼ੇ ਮਜ਼ੇ ਜਿੰਨੇ ਭਰਾ ਮੈਨੂੰ ਫੋਨ ਕੀਤੇ ਇਹਨਾਂ ਨੇ ਮਤਲਬ ਕਿ ਜਿਹੜੇ ਮੇਰੇ ਸਰਕਲ ਦੇ ਸੀ ਉਹਨਾਂ ਨੂੰ ਕਈਆਂ ਨੂੰ ਵੀਰਾਂ ਭਰਾਵਾਂ ਨੂੰ ਬੈਕ ਕਾਲ ਕਰਨੀ ਸੀ ਅਜੇ ਉਹ ਮੈਂ ਗੱਲਾਂ ਬਾਤਾਂ ਕਰਦਾ ਤੁਰਿਆ ਹੌਲੀ ਹੌਲੀ ਅਤੇ ਉਹ ਚੱਲਿਆ ਮੇਰੀ ਜਾਨ ਅਤੇ ਬਾਕੀ ਮੈਂ ਨਾ ਹੁਣ ਖੜ੍ਹਾਂ ਇੱਥੇ ਅਤੇ ਬਾਈ ਮਿਲ ਪਿਆ ਉਸ ਤੋਂ ਬਾਅਦ ਚਲੋ ਬਹਿ ਕੇ ਅਤੇ ਮੈਂ ਕਮੈਂਟ ਪੜ੍ਹਨ ਰਿਹਾ ਪਿਆ ਕੱਲ੍ਹ ਜਿਹੜਾ ਆਪਾਂ ਵਲੋਗ ਪਾਇਆ ਗੱਡੀ ਦੇ ਵੀਲ ਟਾਇਰ ਪਵਾ ਕੇ ਲਿਆਏ ਹਾਂ ਅਤੇ ਬੜੇ ਭਰਾਵਾਂ ਦੇ ਮੈਸੇਜ ਇਹ ਹੈ ਕਿ ਜਾਨ ਮੇਰੀਆਂ ਸਾਨੂੰ ਕੁਛ ਵੱਖਰਾ ਵੇਖਣ ਦੀ ਆਦਤ ਪੈ ਗਈ ਤੇਰੇ ਵਲੋਗ ਦੇ ਵਿੱਚ ਕੋਈ ਵੱਖਰੀ ਚੀਜ਼ ਪਵਾਏਗਾ ਵੀਲਾਂ ਵਾਲੀ ਅਤੇ ਮੇਰੀ ਜਾਨ ਉਹ ਵਾਸਤੇ ਤੁਹਾਨੂੰ 3 ਮਹੀਨੇ ਵੇਟ ਕਰਨੀ ਪੈਣੀ ਪਰ ਉਹ ਤੋਂ ਪਹਿਲਾਂ ਹਫ਼ਤਾ 10 ਦਿਨ ਰੁਕੋ ਉਹਦੇ ਵਿੱਚ ਵਿੱਚ ਆਪਾਂ ਚਲੋ ਗੱਡੀ ਆ ਹਜੇ ਹੋਰ ਬਹੁਤ ਸਾਰੀ ਮੋਡੀਫਿਕੇਸ਼ਨ ਕਰਾਉਣੀ ਜਿੱਦਾਂ ਮੈਟ ਅੰਟੀਨਾ ਵਗੈਰਾ ਹੈ ਨਾ ਪੀ ਪੀ ਐੱਫ ਹੋਣੀ ਹੈ ਪੀ ਪੀ ਐੱਫ ਵੀ 2-3 ਤਰ੍ਹਾਂ ਦੀ ਅਰਕੀ ਉਹਦੇ ਵਿੱਚੋਂ ਆਪਾਂ ਸਿਲੈਕਟ ਕਰਨੀ ਹੈ ਨਾ ਉਹ ਵੀ ਤੁਹਾਨੂੰ ਮੈਂ ਚਲੋ ਭਰਾਵਾਂ ਦੀ ਸਲਾਹ ਦੇ ਨਾਲ ਹੀ ਹੈ ਸਾਰਾ ਹੈ ਨਾ ਕਿ ਕਿਹੜੀ ਚੀਜ਼ 'ਚ ਜ਼ਿਆਦਾ ਜਸ਼ਨ ਦੀ ਜੇ ਕਿਹੜੀ ਚੀਜ਼ 'ਤੇ ਜ਼ਿਆਦਾ ਕਮੈਂਟ ਆਉਣ ਡੇ ਹੈ ਨਾ ਉਹ ਚੀਜ਼ ਆਪਾਂ ਕਰਵਾਵਾਂਗੇ ਹੈ ਨਾ ਅਤੇ ਗੱਡੀ ਵੱਖਰੀ ਜਿਹੀ ਵੀ ਲੱਗੇ ਥੋੜ੍ਹੀ ਜਿਹੀ ਜਿਹੜੀ ਨਾ ਕਹਿੰਦੀ ਪੀ ਪੀ ਐੱਫ 'ਤੇ ਮੈਂ ਸਿਲੈਕਟ ਵੈਸੇ ਕਰ ਆਇਆ ਵਾਂ ਕਿ ਜਿਹੜੀ ਆਪਣੇ ਪੰਜਾਬ 'ਚ ਬਹੁਤ ਘੱਟ ਇਹ ਗੱਡੀ ਨੂੰ ਹੋਈ ਨਹੀਂ ਕਿਸੇ ਨੂੰ ਮਤਲਬ ਕਿ ਰੂਬੀਕੌਨ ਕਿਸੇ ਨੂੰ ਵੀ ਉਹ ਪੀ ਪੀ ਐੱਫ ਨਹੀਂ ਹੋਈ ਹੋਊ ਜਿੱਦਾਂ ਆਪਾਂ ਡੈਵਰ ਨੂੰ ਕਰਾਈ ਨਾ ਉਹ ਮਤਲਬ ਕਿ ਸਭ ਤੋਂ ਵਧੀਆ ਪੇਪਰ ਲਵਾਇਆ ਸੀ ਉਹ ਮਤਲਬ ਕਿ 2,30,000-40,000 ਦੇ ਲਾਗੇ ਬੰਨੇ ਲੱਗਾ ਸੀ ਡੈਵਰ ਵਾਲਾ ਪੇਪਰ ਅਤੇ ਜਿਹੜੀ ਇਹਦੀ ਪੀ ਪੀ ਐੱਫ ਕਰਾਵਾਂਗੇ ਉਹ ਵੀ ਬਾਬੇ ਦੀ ਕਿਰਪਾ ਨਾਲ ਐਂ ਓਕੇ ਰਿਪੋਰਟ ਵਾਲੀ ਹੋਊਗੀ ਕੱਲ੍ਹ ਮੈਂ ਬਾਈ ਨੂੰ ਮਿਲ ਕੇ ਆਇਆ ਤਾਂ ਹੀ ਇਹ ਡਿਸਕਸ ਕੀਤਾ ਸੀ ਇਹ ਗੱਲ 'ਤੇ ਅਤੇ ਉਹ ਤੋਂ ਪਹਿਲਾਂ ਜਿੱਦਾਂ ਇੱਕ ਵੀਲ ਵੇਖੇ ਆ ਕਰੇਡੀ ਵਾਲੇ ਬਾਈ ਨੇ ਮੈਨੂੰ ਵਿਖਾਏ ਸੀ ਉਹ ਕੋਸ਼ਿਸ਼ ਆ ਕਿ ਅਗਲੇ ਹਫ਼ਤੇ ਆ ਜਾਣ ਉਹਦੇ ਨਾਲ ਵੀ ਮਤਲਬ ਕਿ ਓਕੇ ਰਿਪੋਰਟ ਹੋਇਆ ਨਹੀਂ ਕੰਮ ਸਿਰਫ ਹੋ ਗਿਆ ਉਹਨਾਂ ਦੀ ਜਿਹੜੀ ਆਪਣੀ ਮਈਅਰਮੈਂਟ ਆਪਾਂ ਲਾ ਲਓ ਕਿ ਉਹਨਾਂ ਦੀ 22 ਇੰਚ ਆ ਜਿਹੜੀ ਆਪਾਂ ਬਾਹਰੋਂ ਮੰਗਾ ਕੇ ਪਾਉਣੀ ਉਹ 26 ਆ ਕਿ ਥੋੜ੍ਹਾ ਬਹੁਤਾ ਫਰਕ ਆ ਕਹਿਣ ਦਾ ਮਤਲਬ ਕਿ ਉਹ 22 ਇੰਚ ਉਹ 26 ਵਾਲਾ ਫਿਰ ਜ਼ਿਆਦਾ ਮਤਲਬ ਕਿ ਓਕੇ ਰਿਪੋਰਟ ਹੋਇਆ ਨਾ ਕੰਮ ਉਹਦੇ ਨਾਲ ਲਿਫਟ ਗੇਟ ਲਾਵਾਂਗੇ ਕਿ 22 ਇੰਚ ਵਾਲੇ ਵੀ ਕਰੋਮ 'ਚ ਹੀ ਪਾਵਾਂਗੇ ਹੈ ਨਾ ਇਹ ਚੀਜ਼ ਸੋਚੀ ਅਸੀਂ ਕਿ 22 ਇੰਚ ਵੀ ਕਰੋਮ 'ਚ ਪਾ ਕੇ ਅਤੇ ਗੱਡੀ ਦੀ ਲੁੱਕ ਸਾਰੀ ਚੇਂਜ ਹੋ ਜਾਣੀ ਅਤੇ ਆਹ ਵਾਲੇ ਵੀਲ ਵੀ ਰੱਖਾਂਗੇ ਜਿਹੜੇ ਆਪਾਂ ਇੱਕ ਮੈਨੂੰ ਬਾਈ ਦਾ ਕਮੈਂਟ ਆਇਆ ਸੀ ਹੋਰ ਬਾਈ ਪੁੱਛਣ ਲੈ ਕਹਿੰਦਾ ਕਿ ਜਾਨ ਮੇਰੀ ਜਿਹੜੇ ਵੀਲ ਤੁਸੀਂ ਗੱਡੀ ਨਾਲ ਲਵਾਏ ਆ ਉਹ ਕਿੰਨੇ ਦੇ ਵਿੱਚ ਸੇਲ ਕਰਤੇ ਆ ਕਿੰਨੇ ਦੇ ਘਟਾਤੇ ਆ ਜਾਨ ਮੇਰੀ ਉਹ ਆਪਾਂ ਵੀਲ ਸੇਲ ਕੀਤੇ ਨਹੀਂ ਆ ਉਹਦਾ ਕਾਰਨ ਕੀ ਕੱਲ੍ਹ ਨੂੰ ਜਦੋਂ ਆਪਾਂ ਕਿਤੇ ਬਾਹਲੀ ਦੂਰ ਟੂਰ ਕੱਢਣਾ ਜਿੱਦਾਂ ਮੰਨ ਲਓ ਆਪਾਂ ਹਜੂਰ ਸਾਹਿਬ ਗਏ ਸੀ ਪਿਛਲੀ ਵਾਰ ਹੈ ਨਾ ਗੱਡੀਆਂ ਦੇ ਜਿੱਦਾਂ ਟਾਇਰ ਜਿਹੜੇ ਸਿੰਪਲ ਆ ਉਹ ਹੀ ਚੱਲਦੇ ਹੈ ਨਾ ਦੂਰ ਜਾਣ ਵਾਸਤੇ ਉਹ ਹੀ ਕੰਮ ਆਉਂਦੇ ਆ ਅਤੇ ਉਹ ਮੈਂ ਕਰੇਡੀ ਵਾਲੇ ਬਾਈ ਨੂੰ ਕਿਹਾ ਮੈਂ ਕਿਹਾ ਤੁਸੀਂ ਇਹ ਮੈਂ ਕਟਾਉਣੇ ਨਹੀਂ ਵਿੱਚ ਤੁਸੀਂ ਆਪਣੀ ਸ਼ੌਪ 'ਤੇ ਰੱਖ ਲਿਓ ਕਿਉਂਕਿ ਇਹ ਹੁੰਦਾ ਨਾ ਘਰ ਦੀ ਦੁਕਾਨ ਆਪਣੀ ਇੱਕ ਹਿਸਾਬ ਦੀ ਹੈ ਨਾ ਕਿ ਉਹ ਉੱਥੇ ਪਏ ਰਹਿਣਗੇ ਕੋਈ ਚੱਕਰ ਵਾਲੀ ਗੱਲ ਨਹੀਂ ਆ ਘਰੇ ਆਪਾਂ ਲਿਆਵਾਂਗੇ ਘਰੋਂ ਫਿਰ ਜਦੋਂ ਕੱਲ੍ਹ ਨੂੰ ਪਾਉਣੇ ਫਿਰ ਉੱਥੇ ਖੜਨੇ ਪੈਣਗੇ ਆ ਕਿ ਉੱਥੇ ਬਾਈ ਹੋਣਾ ਕੋਈ ਤੁਸੀਂ ਸਿਸਟਮ ਵੇਖਿਆ ਤਾਂ ਹੈਗਾ ਉੱਤੇ ਹੈ ਨਾ ਗੋਦਾਮ ਵਾਲਾ ਸਿਸਟਮ ਬਣਿਆ ਉੱਥੇ ਆਪਾਂ ਸਟੋਰ ਕਰ ਸਕਦੇ ਹਾਂ ਵੀਲ ਆਪਣੇ ਪੁਰਾਣੇ ਲਵਾ ਘਰ ਲਿਆਉਣ ਦੀ ਲੋੜ ਨਹੀਂ ਹੈ ਨਾ ਅਤੇ ਜਦੋਂ ਮਰਜ਼ੀ ਦਿਲ ਕੀਤਾ ਉਹ ਪਵਾ ਲਾਂਗੇ ਅਤੇ ਆਹ ਜਿਹੜੇ ਵੀਲ ਆ ਇਹ ਮਤਲਬ ਕਿ ਜਿੱਦਾਂ ਕੱਦੂ ਕੁੱਦੂ 'ਚ ਆਪਾਂ ਤੁਹਾਨੂੰ ਦੱਸਿਆ ਕਿ ਗੱਡੀ ਕੱਦੂ 'ਚ ਵੜੂਗੀ ਹੈ ਨਾ ਇਹ ਨਹੀਂ ਆ ਕਿ ਜੇ 75-80 ਲੱਖ ਰੁਪਈਆ 'ਤੇ ਲਾਇਆ ਅਤੇ ਇਹਨੂੰ ਸੜਕ 'ਤੇ ਰੱਖਾਂਗੇ ਆਫ ਰੋਡਿੰਗ ਵਾਲੀ ਸਪੈਸ਼ਲ ਆਫ ਰੋਡਿੰਗ ਵਾਸਤੇ ਆ ਗੱਡੀ
ਇਹਨੂੰ ਆਪਾਂ ਕੱਦੂ 'ਚ ਬੇਖੂਬੀ ਇਹਦੀ ਧੁੱਕੀ ਮਿਲਾਂਗੇ ਅਤੇ ਉਹ ਪਰ ਦਿਨ ਹਜੇ ਲੇਟ ਆ ਉਹ ਤੋਂ ਪਹਿਲਾਂ ਇਹਦੀ ਘੈਂਟ ਜੀ ਮੋਡੀਫਿਕੇਸ਼ਨ ਕਰਾਵਾਂਗੇ ਅਤੇ ਬਾਕੀ ਪਹੁੰਚ ਗਿਆ ਮਾਲੀ ਦੋ ਤਿੰਨ ਕੰਮ ਇਹਦੇ ਇੱਥੋਂ ਹੀ ਕਰਾਉਣੇ ਮੈਂ ਪਤਾ ਕਰਨਾ ਵਾ ਅਤੇ ਇੱਥੋਂ ਕਰਵਾ ਲਾਂਗੇ ਅਤੇ ਬਾਕੀ ਤਾਂ ਆਪਣਾ ਡਿਟੇਲ ਵਾਲਾ ਭਾਊ ਜਾਂਦਾ ਬਾਅਦ ਹੈ ਨਾ ਕੱਲ੍ਹ ਅਸੀਂ ਰਾਤ ਇਸ ਚੀਜ਼ 'ਤੇ ਅੱਧਾ ਪੌਣਾ ਘੰਟਾ ਡਿਸਕਸ ਕੀਤਾ ਕਿਹੜੀ ਕਿਹੜੀ ਚੀਜ਼ ਕਰਨੀ ਕਿਹੜੀ ਕਿਹੜੀ ਚੀਜ਼ ਨਹੀਂ ਕਰਨੀ ਸਟੈਪ ਬਾਏ ਸਟੈਪ ਕਰਾਂਗੇ ਅਤੇ ਨਾਲ ਦਾ ਤੁਹਾਨੂੰ ਦਿਖਾਉਂਦੇ ਰਹਾਂਗੇ ਅਤੇ ਸਾਡੇ ਨਾਲ ਜੁੜੇ ਰਹੋ ਮੇਰੀ ਜਾਨ ਅਤੇ ਬਾਕੀ ਜਿਹੜੇ ਭਰਾ ਕਹਿੰਦੇ ਨੇ ਨਾ ਤੁਸੀਂ ਵਿੱਚ ਰਹਿ ਦਿੰਦੇ ਆਪਣੀ ਹਰ ਕਿਤਾਬ ਆਪਣਾ ਦਿਮਾਗ ਹੁੰਦਾ ਵਾ ਹੈ ਨਾ ਤਾਂ ਹੀ ਮੈਂ ਕਹਿੰਦਾ ਹੁੰਦਾ ਕਿ ਜਾਨ ਮੇਰੀ ਕਮੈਂਟ ਕਰਕੇ ਦੱਸਦੇ ਰਿਹਾ ਕਰੋ ਜਿਹੜੇ ਭਰਾ ਆਪਣੇ ਚੈਨਲ ਦੇ ਨਵੇਂ ਜੁੜੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਮੇਰੀ ਜਾਨ ਅਤੇ ਕਿਉਂਕਿ ਬਲੌਗ ਜਦੋਂ ਵੀ ਕਿਸੇ ਨਾਲ ਲੇਟ ਵੀ ਹੋ ਜਾਂਦਾ ਤੁਹਾਨੂੰ ਨੋਟੀਫਿਕੇਸ਼ਨ ਆ ਜਾਏ ਤੁਸੀਂ ਟਾਈਮ ਪਾਸ ਵਧੀਆ ਕਰ ਲਓ ਹੈ ਨਾ ਅਤੇ ਸੋ ਆ ਜਾਓ ਫਿਰ ਚੱਲਦੇ ਹਾਂ ਮੋਹਾਲੀ ਕਰਦੇ ਐਂਟਰ ਲੈ ਵੀ ਮਿੱਤਰਾ ਮੋਹਾਲੀ ਐਂਟਰ ਕਰ ਗਏ ਯਾਰ ਹੁਣੀ ਅਤੇ ਫੀਲਿੰਗ ਔਸਮ ਕਿਉਂਕਿ ਜਿਹੜੇ ਮਾਲਕ ਨੇ ਆਪਾਂ ਨੂੰ ਗੱਡੀ 'ਤੇ ਬਿਠਾਇਆ ਵਾ ਅਤੇ ਐਤਵਾਰ ਮੈਂ ਬਾਬਾ ਜੀ 'ਤੇ ਆਉਂਦਾ ਹੁੰਦਾ ਅਤੇ ਅੱਜ ਹੁੰਦੇ ਨਾ ਕਿ ਕੰਮ ਵੀ ਸੀ ਅਤੇ ਉੱਦਾਂ ਵੀ ਆਉਣਾ ਸੀ ਹੈ ਨਾ ਕਿ ਮੈਨੂੰ ਰੱਬ ਬੁਲਾ ਹੀ ਲੈਂਦਾ ਵਾ ਕਿ ਮਾਲਕ ਦੀ ਜੇ ਹੁਕਮ ਨਾ ਹੋਵੇ ਨਾ ਆਪਾਂ ਤਾਂ ਗੁਰੂ ਘਰ ਜਾ ਨਹੀਂ ਸਕਦੇ ਜੇ ਕੋਈ ਸੋਚਦਾ ਹੋਵੇ ਨਾ ਕਿ ਮੈਂ ਉੱਠ ਕੇ ਸਵੇਰੇ ਗੁਰੂ ਘਰ ਜਾਣਾ ਤਾਂ ਜੇ ਉਹ ਸੱਚੇ ਪਾਤਸ਼ਾਹ ਦਾ ਹੁਕਮ ਨਾ ਹੋਵੇ ਨਾ ਉਹਦੇ ਕੋਲ ਬੜਾ ਪਤਾ ਨਹੀਂ ਚੱਲਦਾ ਤਾਂ ਆਪਾਂ ਉਹਦੇ ਘਰ ਕਿੱਦਾਂ ਚੱਲ ਜਾਂਗੇ ਜਿੱਥੇ ਉਹਦੀ ਮਿਹਰ ਆ ਗੁਰੂ ਘਰ ਵੀ ਉਹੀ ਜਾਂਦਾ ਜੀ ਤੁਹਾਨੂੰ ਮੈਂ ਗੱਲ ਕਹਿ ਦਿੰਦਾ ਜੀ ਹੈ ਨਾ ਸੋ ਕੋਸ਼ਿਸ਼ ਕਰ ਸਕਦੇ ਜੇ ਤੁਸੀਂ ਕੋਸ਼ਿਸ਼ ਕਰੋ ਕਿ ਫਿਰ ਰੱਬ ਵੀ ਤੁਹਾਨੂੰ ਮਨਜ਼ੂਰੀ ਦੇ ਦੂਗਾ ਚੱਲ ਪੁੱਤਾਂ ਜਾ ਕੋਈ ਗੱਲ ਨਹੀਂ ਲੈ ਵੀ ਸੱਜੀਆਂ ਮਿਲਣ ਡੀਆਂ ਹੈ ਨਵੀਂ ਗੱਡੀ ਦੀ ਵੀ ਆਪਣੀ ਪਛਾਣ ਹੁੰਦੀ ਪਈ ਆ ਬਹੁਤ ਬਹੁਤ ਸੋ ਚਲੋ ਇਹ ਭਰਾਵਾਂ ਦੇ ਪਿਆਰ ਕਰਕੇ ਹੀ ਆ ਹੈ ਬਾਕੀ ਟੂ ਮੱਚ ਰਸ਼ ਮੇਰੀ ਜਾਨ ਅਤੇ ਪਹੁੰਚਦੇ ਪਹਿਲਾਂ ਫਲੈਟ ਜਾ ਕੇ ਥੋੜ੍ਹੀ ਜਿਹੀ ਰੈਸਟ ਕਰਾਂਗੇ ਰੈਸਟ ਕਰਕੇ ਫਿਰ ਜਾਂ ਤਾਂ ਪਹਿਲਾਂ ਜਿੰਮ ਜਾਵਾਂਗੇ ਅਤੇ ਗੁਰਦੁਆਰਾ ਸਾਹਿਬ ਮੇਰਾ ਤਾਂ ਸ਼ਾਮ ਨੂੰ ਜਾਊਂਗਾ ਬਿਲਕੁਲ ਸ਼ਾਮ ਨੂੰ ਜਦੋਂ ਰੋਡ 'ਤੇ ਕਾਫੀ ਰਸ਼ ਘੱਟ ਜਾਂਦਾ ਨਾ ਉਸ ਟਾਈਮ 'ਤੇ ਜਾਊਂਗਾ ਅਤੇ ਮਜ਼ੇ ਨਾਲ ਗੁਰੂ ਮਹਾਰਾਜ ਦਰਸ਼ਨ ਮੇਲੇ ਕਰਕੇ ਆਵਾਂਗੇ ਅਤੇ ਫਿਰ ਕੱਲ੍ਹ ਨੂੰ ਵੇਖਾਂਗੇ ਕਿਹੜਾ ਵਲੋਗ ਬਣਾਵਾਂਗੇ ਫਿਲਹਾਲ ਇੱਥੋਂ ਗਾੜੀ ਵਲੋਗ ਇਹੀ ਹੈ ਮੇਰੀ ਜਾਨ ਅਤੇ ਜਿੰਮ ਜੁੰਮ ਜਾਵਾਂਗੇ ਹੈ ਲੀੜਾ ਕੱਪੜਾ ਘੈਂਟ ਜਿਹਾ ਪਾ ਕੇ ਕੈਫੇ ਕੁਫੇ ਜਾਵਾਂਗੇ ਹੈ ਨਾ ਅਤੇ ਸੋ ਆ ਜਾਓ ਫਿਰ ਜਿਹੜੇ ਕੰਮ ਕਰਨਾ ਦੋ ਚਾਰ ਉਹਦੇ ਵਲੋਗ ਨੇ ਮੈਂ ਕੱਢਣੇ ਅਤੇ ਉਹ ਤੋਂ ਬਿਨਾਂ ਜਿੰਮ ਦਾ ਅਤੇ ਗੁਰਦੁਆਰਾ ਸਾਹਿਬ ਦਾ ਹੋਰ ਕੋਈ ਕੰਮ ਨਿਕਲ ਆਵੇ ਉਹ ਵੱਖਰੀ ਗੱਲ ਹੈ ਮੇਰੀ ਜਾਨ ਹੈ ਵੀ ਭੁੱਖ ਲੱਗੀ ਤੀ ਹਮਕੋ ਅਤੇ ਖਾਣੇ ਕੇ ਲਈ ਹਮ ਆਏ ਕੈਫੇ ਸੋ ਔਡਰ ਦਿੱਤਾ ਮੇਰੀ ਜਾਨ ਕੈਫੇ ਵਾਲਿਆਂ ਨੇ ਪਿੱਛੇ ਜਗ੍ਹਾ ਬਣਾਈ ਤਾਂ ਮੈਂ ਪੁੱਛ ਲਿਆ ਵੈ ਹੀ ਮੈਂ ਸਰਸਰੀ ਮੈਂ ਜਾਣ ਇੱਧਰ ਕੀ ਹੈ ਕਹਿੰਦੇ ਇੱਧਰ ਬਹਿਣ ਵਾਲਾ ਜਗਾੜਿਆ ਮੈਂ ਕਿਹਾ ਆਪਾਂ ਇੱਧਰ ਬਹਿੰਦੇ ਅਤੇ ਨਾਲੇ ਇੱਕ ਹੈ ਸੈਪਰੇਟ ਯੂਰੋ ਬਰੋ ਅੰਗਰੇਜ਼ੀ ਦੇ ਮੈਂ ਕੁਝ ਵਰਡ ਬੋਲਣ ਡਿਆ ਪਿਆ ਨਾ ਅਤੇ ਪਰ ਅੜ ਜਾਂਦਾ ਕੰਮ ਗਿਆ ਹਾਲੇ ਕਿ ਜਾਣ ਮੇਰੀ ਅੱਜ ਵਾਲੇ ਵਲੋਗ ਦੇ ਵਿੱਚ ਤੁਸੀਂ ਇੱਕ ਚੀਜ਼ ਦੇਖੀ ਹੋਊਗੀ ਮੈਂ ਇਕੱਲਾ ਵੀ ਆਉਣਾ ਮੈਂ ਇਕੱਲਾ ਵੀ ਕਿੰਨਾ ਜ਼ਿਆਦਾ ਇੰਜੋਏ ਕਰ ਲੈਂਦਾ ਹੈ ਨਾ ਕਿ ਇਹ ਚੀਜ਼ ਹੋਣੀ ਚਾਹੀਦੀ ਆ ਕਿਉਂਕਿ ਹਰ ਇੱਕ ਯਾਰ ਬੇਲੀ ਆਪਣਾ ਆਪਣਾ ਲਾਈਫ ਟਾਈਮ ਆਪਣੇ ਨਾਲ ਨਹੀਂ ਰਹਿ ਸਕਦਾ ਅਤੇ ਸੋ ਆਪਣੇ ਆਪ ਨੂੰ ਇਹੋ ਜਿਹਾ ਬਣਾਓ ਕਿ ਤੁਸੀਂ ਇਕੱਲੇ ਵੀ ਹੋਣਾ ਇਕੱਲੇ ਵੀ ਤੁਸੀਂ ਆਪਣੀ ਕੰਪਨੀ ਖੁਦ ਦੀ ਕੰਪਨੀ ਨੂੰ ਇੰਜੋਏ ਕਰੋ ਤਾਂ ਇਹ ਮੈਂ ਤੁਹਾਨੂੰ ਕਈ ਵਾਰ ਪੁਰਾਣੇ ਵਲੋਗਾਂ ਜਿਹੜੇ ਭਰਾ ਨਵੇਂ ਜੁੜੇ ਚਲੋ ਉਹਨਾਂ ਨੂੰ ਇਸ ਚੀਜ਼ ਦਾ ਨਹੀਂ ਪਤਾ ਉਹ ਪੁਰਾਣੇ ਵਲੋਗ ਵੇਖੋਗੇ ਤੁਹਾਨੂੰ ਇਹ ਗੱਲਾਂ ਦੁਬਾਰਾ ਰਿਪੀਟ 'ਤੇ ਮਿਲ ਜਾਣੀਆਂ ਹੈ ਨਾ ਕਿ ਜਿਹੜੇ ਭਰਾ ਪਹਿਲਾਂ ਵੇਖਦੇ ਉਹਨਾਂ ਕਹਿੰਦੇ ਇਹ ਗੱਲ ਤੋਂ ਪਹਿਲਾਂ ਵੀ ਸੀ ਆਪਣੇ ਆਪ ਨੂੰ ਟਾਈਮ ਦਿਉ ਆਪਣੇ ਆਪ ਨਾਲ ਗੱਲਾਂ ਕਰਿਆ ਕਰੋ ਆਪਣੇ ਆਪ ਲਈ ਜੀਣਾ ਸ਼ੁਰੂ ਕਰੋ ਅਤੇ ਜ਼ਿੰਦਗੀ ਬੜੀ ਸੋਹਣੀ ਹੋ ਜਾਣੀ ਹੈ ਅਤੇ ਆਪਣੇ ਆਪ ਦੇ ਵਿੱਚ ਮੈਂ ਸਭ ਤੋਂ ਪਹਿਲੀ ਗੱਲ ਜਿਹੜੀ ਮੈਂ ਕਰਦਾ ਵਾਂ ਕਿ ਆਪਣੇ ਆਪ ਜਦੋਂ ਬੰਦਾ ਰਹਿੰਦਾ ਨਾ ਸਭ ਤੋਂ ਪਹਿਲਾਂ ਬੰਦਾ ਰੱਬ ਨਾਲ ਜੁੜਦਾ ਹੈ ਨਾ ਆਪਣੇ ਆਪ ਜਦੋਂ ਪੁੱਛਦਾ ਕਿ ਤੂੰ ਇੱਥੇ ਲੈਣ ਕੀ ਆਇਆ ਗੁਰੂਆ ਕਰਨ ਕੀ ਡਿਆ ਤੂੰ ਫਿਰ ਬੰਦਾ ਸੋਚਦਾ ਕਿ ਜਿਹਨੇ ਮੈਨੂੰ ਭੇਜਿਆ ਮੈਂ ਉਹਦੇ ਕੋਲ ਜਾਵਾਂ ਅਤੇ ਭੇਜਿਆ ਆਪਾਂ ਨੂੰ ਕਹਿੰਦੇ ਉਹ ਸੱਚੇ ਪਾਤਸ਼ਾਹ ਅਕਾਲ ਪੁਰਖ ਨੇ ਭੇਜਿਆ ਉਹਦੇ ਕੋਲ ਜਦੋਂ ਆਪਾਂ ਜਾਂਦੇ ਹਾਂ ਅਤੇ ਫਿਰ ਉਹ ਆਪਣੇ ਰਾਹ ਖੋਲ੍ਹਦਾ ਵਾ ਫਿਰ ਆਪਾਂ ਨੂੰ ਮੱਤ ਬਖਸ਼ਦਾ ਵਾ ਹੈ ਨਾ ਰੱਬ ਮੱਤ ਬਖਸ਼ੇ ਮੈਂ ਕਹਿੰਦਾ ਸਾਰਿਆਂ ਨੂੰ ਕਈਆਂ ਦੇ ਮੱਤ 'ਤੇ ਪੜਦਾ ਪਿਆ ਹੁੰਦਾ ਨਾ ਇੱਥੇ ਲੋਕ ਕਈ ਕੁਛ ਕਰਦੇ ਆ ਅੱਗੇ ਆਉਣ ਵਾਸਤੇ ਕਈ ਕੁਛ ਕਰਦੇ ਮਤਲਬ ਕਿ ਬੜਾ ਕੁਛ ਦੂਜਿਆਂ ਦਾ ਨੁਕਸਾਨ ਕਰਕੇ ਆਪ ਚੰਗੇ ਬਣਦੇ ਦੂਜਿਆਂ ਨੂੰ ਮਾੜਾ ਬੋਲ ਕੇ ਆਪ ਚੰਗੇ ਬਣਦੇ ਆ ਇਹ ਸਾਰੀਆਂ ਚੀਜ਼ਾਂ ਤੋਂ ਆਪਾਂ ਦੂਰ ਹੋਣਾ ਵਾ ਬੜੇ ਸੋਹਣੇ ਸਾਫ਼ ਸੁਥਰੇ ਆਪਣੇ ਆਪ ਨੂੰ ਬਣਾ ਕੇ ਰੱਖੋ ਯਾਰ ਕਿਸੇ ਨੂੰ ਮਾੜਾ ਨਾ ਬੋਲੋ ਕਿਸੇ ਦਾ ਮਾੜਾ ਨਾ ਸੋਚੋ ਤੁਹਾਡਾ ਖੁਦ ਬ ਖੁਦ ਚੰਗਾ ਹੋਊਗਾ ਮੈਂ ਤੁਹਾਨੂੰ ਅੱਜ ਵੀ ਕਹਿੰਦਾ ਮੈਂ ਜਿਹੜੀ ਗੱਲ ਸੱਚੀ ਮੈਂ ਉਹ ਕਹਿੰਦਾ ਨਾ ਮੈਂ ਆਹ ਚੀਜ਼ਾਂ ਦਾ ਇੰਨੀ ਕਰਤੂਤ ਦਾ ਮਾਲਕ ਨਹੀਂ ਹੈਗਾ ਜਿਹੜਾ ਮੈਨੂੰ ਉਸ ਰੱਬ ਨੇ ਬਣਾ ਦਿੱਤਾ ਆ ਬੰਦੇ ਦੀ ਕੋਈ ਕਾਦਰ ਨਹੀਂ ਹੁੰਦੀ ਜਿਹੜੇ ਬੰਦੇ ਬੜੇ ਤਗੜੇ ਬਣੇ ਫਿਰਦੇ ਆ ਨਾ ਉਹਨੂੰ ਰੱਬ ਆਉਂਦੇ ਨਾ ਅਰਸ਼ਾਂ ਤੋਂ ਫਰਸ਼ 'ਤੇ ਮਿੰਟ 'ਚ ਲੈ ਆਉਂਦਾ ਸੋ ਮੇਰੀ ਜਾਨ ਉਹਦਾ ਸ਼ੁਕਰਾਨਾ ਕਰਿਆ ਕਰੋ ਤੁਹਾਨੂੰ ਦੱਸਣ ਡਿਆ ਕਿ ਉਹਦੇ ਘਰ ਦੇਰ ਆ ਅੰਧੇਰ ਨਹੀਂ ਹੈਗਾ ਸੋ ਮੈਂ ਬੜੇ ਵਲੋਗਾਂ 'ਚ ਇਹ ਗੱਲ ਕਹੀ ਹੋਣੀ ਆ ਹੈ ਨਾ ਕਿ ਬੰਦੇ ਦੀ ਕੋਈ ਕਾਦਰ ਨਹੀਂ ਜੇ ਮੈਂ ਅੱਜ ਗੱਡੀ ਲੈ ਆਉਂਦੀ ਤਾਂ ਮੈਂ ਇਹਦਾ ਮਾਣ ਹੰਕਾਰ ਕਰੀ ਜਾਵਾਂਗੀ ਫਲਾਣ ਹੈ ਠੀਕ ਹੈ ਲੋਕ ਮੇਰੇ ਤੋਂ ਸੜ ਗਏ ਆ ਲੋਕ ਮੇਰੇ ਤੋਂ ਇਹ ਹੋ ਗਏ ਮੈਨੂੰ ਇਹੋ ਜਿਹੇ ਕਮੈਂਟ ਵੀ ਆਉਂਦੇ ਆ ਕਿ ਬਈ ਲੋਕ ਸੜ ਗਏ ਹੋਣੇ ਫਲਾਣ ਹੋ ਗਿਆ ਜਾਣ ਮੇਰੀ ਆ ਮੈਂ ਕਿਸੇ ਨੂੰ ਸਾੜਨ ਵਾਸਤੇ ਚੀਜ਼ ਨਹੀਂ ਲੈ ਕੇ ਆਇਆ ਮੇਰਾ ਸ਼ੌਂਕ ਹੀ ਮੇਰੀ ਰੀਝ ਹੀ ਗੁਰੂ ਮਹਾਰਾਜ ਨੇ ਇਹ ਚੀਜ਼ ਪੂਰੀ ਕੀਤੀ ਸੱਚੇ ਪਾਤਸ਼ਾਹ ਲੱਖ ਲੱਖ ਸ਼ੁਕਰ ਆ
ਪਰ ਆਪਾਂ ਕਿਸੇ ਨੂੰ ਸਾੜਨ ਲਈ ਵੀ ਇਹ ਚੀਜ਼ ਲੈ ਕੇ ਆਏ ਹੈ ਨਾ, ਅਤੇ ਉਹ ਮਾਲਕ ਦਾ ਸ਼ੁਕਰਾਨਾ ਕਰਦੇ ਹਾਂ ਕਿ ਰੱਬ ਸਾਰਿਆਂ ਨੂੰ ਦੇਵੇ ਇਹ ਨੀਤਾਂ ਨੂੰ ਮਰਾਦਾਂ ਜਾਣ ਮੇਰੀਏ ਨੀਤ ਸਾਫ਼ ਹੈ ਰੱਬ ਤੁਹਾਨੂੰ ਦਊਗਾ। ਤਾਂ ਇਹ ਮੈਂ ਕਹਿੰਦਾ ਕਿਸੇ ਦਾ ਮਾੜਾ ਨਾ ਸੋਚੋ, ਕਿਸੇ ਦਾ ਮਾੜਾ ਨਾ ਕਰੋ, ਤੁਹਾਡਾ ਖੁਦ ਬ ਖੁਦ ਚੰਗਾ ਹੀ ਹੋਊਗਾ ਜਾਣ ਮੇਰੀਏ। ਅਤੇ ਹੋਰ ਬਹੁਤ ਸਾਰੀਆਂ ਗੱਲਾਂ ਵਾ, ਬੜਾ ਕੁਛ ਆ, ਮਤਲਬ ਵੀ ਤੁਹਾਡੇ ਨਾਲ ਕਰਨ ਵਾਲਾ ਸ਼ੇਅਰ ਕਰਨ ਵਾਲਾ ਮੈਂ ਕਰਦਾ ਹੀ ਨਹੀਂ ਹਾਂ। ਤੁਸੀਂ ਕਹਿਣਾ ਕਿ ਕਿਹੜੀਆਂ ਗੱਲਾਂ ਲੈ ਕੇ ਬਹਿ ਜਾਂਦਾ, ਪਰ ਜਿਹੜੀਆਂ ਗੱਲਾਂ ਮੈਂ ਆਪਣੀ ਜ਼ਿੰਦਗੀ 'ਚ ਹੰਡਾਈਆਂ ਮੈਂ ਤੁਹਾਡੇ ਨਾਲ ਉਹੀ ਕਰਦਾ ਜਾਣ ਮੇਰੀਏ। ਅਤੇ ਸੋ ਮੇਰੀ ਕੋਸ਼ਿਸ਼ ਇਹੋ ਹੀ ਆ ਵਲੋਗ ਬਣਾਉਣ ਦੀ ਹੁਣ, ਕਿ ਜੋ ਚੀਜ਼ਾਂ ਤੋਂ ਜ਼ਿੰਦਗੀ 'ਚ ਮੈਂ ਮਤਲਬ ਕਿ ਨੁਕਸਾਨ ਕਰਾਇਆ, ਜਿਹੜੇ ਭਰਾ ਮੈਨੂੰ ਵੇਂਦੇ ਉਹਨਾਂ ਦਾ ਨਾ ਹੋਵੇ, ਕਿਉਂਕਿ ਜਿਹੜੇ ਮੇਰੇ ਤੋਂ ਛੋਟੇ ਆ ਉਹ ਇਸ ਚੀਜ਼ 'ਚ ਉਹਨਾਂ ਨੇ ਹਜੇ ਲੰਘਣਾ ਵਾ, ਜਿਹੜੀ ਚੀਜ਼ 'ਚ ਮੈਂ ਲੰਘ ਗਿਆ ਵਾਂ, ਉਹਨਾਂ ਦਾ ਨੁਕਸਾਨ ਨਾ ਹੋਵੇ ਉਹਨਾਂ ਚੀਜ਼ਾਂ ਕਰਕੇ। ਤਾਂ ਕਰਕੇ ਮੈਂ ਵਲੋਗ ਬਣਾਉਂਦਾ, ਤੁਹਾਨੂੰ ਮੈਂ ਦੱਸਦਾ ਰਹਿੰਦਾ ਕਿ ਜਾਣ ਆਹ ਚੀਜ਼ ਇੱਦਾਂ ਕਰ ਲਿਓ, ਆਹ ਚੀਜ਼ ਇੱਦਾਂ ਕਰ ਲਿਓ, ਹੈ ਨਾ। ਸੋ ਜਿਹੜੇ ਭਰਾ ਮੇਰੇ ਤੋਂ ਛੋਟੇ ਮੇਰੇ ਨਾਲ ਜੁੜੇ ਆ, ਮੈਨੂੰ ਇਹੀ ਕੋਸ਼ਿਸ਼ ਹੈ ਕਿ ਉਹਨਾਂ ਦਾ ਮੇਰੇ ਕਰਕੇ ਕੋਈ ਨੁਕਸਾਨ ਤਾਂ ਕੀ ਹੋਣਾ, ਫਾਇਦਾ ਤਾਂ ਉਹਨਾਂ ਦਾ ਕੁਛ ਨਾ ਕੁਛ ਹੋਵੇ। ਅਤੇ ਸੋ ਜਿਹੜੇ ਭਰਾ ਨਵੇਂ ਜੁੜੇ ਆ, ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ। ਜੇ ਤੁਹਾਨੂੰ ਮੇਰੇ ਚੈਨਲ 'ਤੇ ਕੋਈ ਚੀਜ਼ ਵਧੀਆ ਲੱਗਦੀ ਆ, ਤੁਹਾਡੇ ਕੋਈ ਚੀਜ਼ ਤੁਹਾਡੇ ਕੰਮ ਦੀ ਆ, ਉਹਨੂੰ ਅੱਗੇ ਜ਼ਰੂਰ ਸ਼ੇਅਰ ਕਰੋ। ਜੇ ਤੁਸੀਂ ਸਾਡੇ ਵਲੌਗ ਵੇਖ ਕੇ ਖੁਸ਼ ਹੁੰਦੇ ਜੀ, ਹੱਸਦੇ ਖੇਡਦੇ ਜੀ, ਉਹਨਾਂ ਨੂੰ ਅੱਗੇ ਆਪਣੇ ਯਾਰਾਂ ਮਿੱਤਰਾਂ ਦੇ ਨਾਲ ਸ਼ੇਅਰ ਕਰਿਆ ਕਰੋ। ਕਿਉਂਕਿ ਮੇਰੇ ਵਲੌਗ ਦੇ ਵਿੱਚ ਕੋਸ਼ਿਸ਼ ਮੇਰੀ ਇਹੋ ਹੁੰਦੀ ਕਿ ਮੈਂ ਵਿੱਚ ਗਾਲਾਂ ਨਾ ਕੱਢੀਆਂ ਜਾਂ ਕੁਛ ਇਹੋ ਜਿਹੇ ਸ਼ਬਦ ਨਾ ਬੋਲੇ ਜਾਣ, ਪਰ ਫਿਰ ਵੀ ਬੋਲੇ ਜਾਂਦੇ ਹੈ ਨਾ, ਅਤੇ ਉਸ ਚੀਜ਼ ਲਈ ਪਹਿਲਾਂ ਹੀ ਮਾਫ਼ੀ ਚਾਹੁੰਦੇ ਹਾਂ। ਅਤੇ ਬਾਕੀ ਇਹ ਨੋਰਮਲ ਚੀਜ਼ਾਂ ਹੁੰਦੀਆਂ ਨਾ, ਕੁੱਤਿਆਂ ਬਿੱਲਿਆਂ ਆਹ ਨਿੱਕੇ ਨਿੱਕੇ ਗਾਲਾਂ ਹੁੰਦੀਆਂ, ਇਹਨਾਂ ਦੀ ਕੋਈ ਐਡੀ ਗੱਲ ਨਹੀਂ। ਫਿਲਮਾਂ 'ਚ ਤਾਂ ਇਹਨੂੰ ਜ਼ਿਆਦਾ ਗੰਦ ਵਿਖਾਉਣ ਡੇ, ਵੈਬ ਸੀਰੀਜ਼ 'ਤੇ ਜਾਂਦੇ ਇਹਨਾਂ 'ਚ ਜ਼ਿਆਦਾ ਗੰਦ ਵਿਖਾਉਣ ਡੇ, ਆਪਣੇ ਤਾਂ ਕੁਛ ਵੀ ਨਹੀਂ ਜਾਣ ਮੇਰੀ। ਆਪਾਂ ਨੋਰਮਲ ਗੱਲ ਕਰਦੇ, ਚਲੋ ਭੁੱਲ ਭੁਲੇਖੇ ਵਿੱਚ ਕੋਈ ਕਲਿੱਪ ਪੈ ਜੇ ਨਹੀਂ ਤਾਂ ਮੇਰੀ ਕੋਸ਼ਿਸ਼ ਇਹ ਹੁੰਦੀ, ਮੈਨੂੰ ਵਲੌਗ ਐਡਿਟ ਕਰਦਿਆਂ ਵੀ ਘੰਟਾ ਦੇ ਘੰਟਾ ਲੱਗ ਜਾਂਦਾ ਵਾ ਉਹਨੂੰ। ਪਹਿਲਾਂ ਜੇ 40 ਮਿੰਟ ਦਾ ਵਲੌਗ, ਉਹਨੂੰ 40 ਮਿੰਟ ਦੇ ਵਲੌਗ ਨੂੰ ਸਾਰਾ ਮੈਂ ਦੁਬਾਰਾ ਸੁਣਦਾ ਵਾਂ, ਆਪ ਖੁਦ ਸੁਣਦਾ ਵਾਂ। ਉਹ 'ਚ ਕੋਈ ਚੀਜ਼ ਇਹੋ ਜਿਹੀ ਪੈ ਤਾਂ ਨਹੀਂ, ਫਿਰ ਵੀ ਕਈ ਵਾਰ ਲਾਗੇ ਬੰਨੇ ਕੋਈ ਯਾਰ ਮਿੱਤਰ ਗੱਲਾਂ ਬਾਤਾਂ ਕਰਦੇ, ਕੋਈ ਚੀਜ਼ ਸਕਿੱਪ ਹੋ ਜੇ ਪੈ ਜੇ, ਅਤੇ ਉਹ ਫਿਰ ਦੁਬਾਰਾ ਕਈ ਵਾਰ ਕਮੈਂਟ ਇਹੋ ਜਿਹੇ ਆਪਾਂ ਨੂੰ ਆਉਂਦੇ ਵੀਰੇ ਉਹ ਚੀਜ਼ ਗਲਤ ਪੈ ਗਈ, ਉਹਨੂੰ ਕੱਟੀਦਾ। ਸੋ ਮੇਰੀ ਜਾਨ, ਜੇ ਤੁਸੀਂ ਇੰਨਾ ਪਿਆਰ ਸਪੋਰਟ ਕਰਦੇ ਜੀ, ਤਾਂ ਮੈਂ ਵੀ ਪੂਰੀ ਮਿਹਨਤ ਦੇ ਨਾਲ ਵਲੌਗ ਬਣਾਉਂਦਾ ਸਾਰਾ ਦਿਨ। 40 ਮਿੰਟ ਦਾ 30 ਮਿੰਟ ਪਲੱਸ ਵਲੌਗ ਮੇਰਾ ਹੁੰਦਾ ਹੀ ਹੁੰਦਾ ਵਾ, ਕੋਈ ਵਲੌਗ ਚੈੱਕ ਕਰ ਲਓ, ਕੋਈ ਹੈ ਭਾਵੇਂ ਛੋਟਾ ਵਲੌਗ ਹੋਵੇ, ਅਤੇ 30 ਤੋਂ 40 ਮਿੰਟ ਦਾ ਵਲੌਗ ਬਣਾਉਣਾ ਕੋਈ ਮੇਰੇ ਹਿਸਾਬ ਨਾਲ ਮਾੜੀ ਮੋਟੀ ਗੱਲ ਨਹੀਂ ਆ। ਆਪਾਂ ਆਪਣੇ ਲਈ ਪੂਰੀ ਮਿਹਨਤ ਕਰਨ ਡੇ ਕਿ ਵੱਧ ਤੋਂ ਵੱਧ ਵਧੀਆ ਚੀਜ਼ਾਂ ਤੁਹਾਡੇ ਸਾਹਮਣੇ ਪੇਸ਼ ਕਰਾਂ, ਲਿਆ ਕੇ ਤੁਹਾਡੇ ਸਾਹਮਣੇ ਕਰਾਂ ਚੀਜ਼ਾਂ। ਅਤੇ ਬਾਕੀ ਜਿਹੜੇ ਕਮੈਂਟ ਕਰਨ ਨੂੰ ਮੈਂ ਕਹਿੰਦਾ ਨਾ, ਉਹਦਾ ਮੇਨ ਕਾਰਨ ਇਹੀ ਹੈ ਕਿ ਮੈਨੂੰ ਵੀ ਉਹਨਾਂ ਵਿੱਚੋਂ ਕੁਛ ਨਾ ਕੁਛ ਸਿੱਖਣ ਨੂੰ ਮਿਲ ਜਾਂਦਾ ਵਾ। ਕਈ ਵਾਰ ਬੰਦੇ ਨੂੰ ਖੁਦ ਨੂੰ ਆਪਣੇ ਆਪ ਬਾਰੇ ਇੰਨਾ ਪਤਾ ਨਹੀਂ ਲੱਗਣਾ, ਤਾਂ ਜਿਹੜੇ ਆਪਣੇ ਲੋਕ ਵੇਹਦੇ ਜਾਂ ਭਰਾ ਵੇਹਦੇ ਜਾਂ ਭੈਣਾਂ ਮੇਰੀਆਂ ਵੇਹਦੀਆਂ, ਉਹਨਾਂ ਨੇ ਫਿਰ ਕਮੀਆਂ। ਤਾਂ ਹੀ ਮੈਂ ਕਹਿੰਦਾ ਕਿ ਯਾਰ ਜੇ ਤੁਹਾਨੂੰ ਚੀਜ਼ ਕੋਈ ਚੰਗੀ ਨਹੀਂ ਲੱਗਦੀ, ਮੈਨੂੰ ਦੱਸੋ ਕਿ ਵੀਰੇ ਆਹ ਚੀਜ਼ ਵਧੀਆ ਨਹੀਂ, ਆਹ ਚੀਜ਼ ਦਾ ਵਾ ਉਹ ਕਰਨੀ ਨਹੀਂ ਕਰਨੀ। ਬਾਕੀ ਮੇਰੇ ਡਿਪੈਂਡ ਹੈ, ਤੁਸੀਂ ਇੰਨਾ ਕਰ ਸਕਦੇ ਨਾ ਕਿ ਜਾਣਾ ਆਹ ਚੀਜ਼ ਇੱਦਾਂ। ਹੁਣ ਮੈਂ ਘਰ ਬਣਾਉਣ ਡਿਆ, ਘਰ ਦੇ ਵਿੱਚ ਕਈ ਚੀਜ਼ਾਂ ਮੈਂ ਇਹੋ ਜਿਹੀਆਂ ਚੇਂਜ ਕਰਾਈਆਂ ਜਿਹੜੀਆਂ ਮੈਂ ਕਮੈਂਟ ਪੜ੍ਹ ਕੇ ਚੇਂਜ ਕਰਾਈਆਂ, ਕਿ ਮੈਨੂੰ ਤੁਸੀਂ ਸਲਾਹ ਦਿੱਤੀ, ਕਰਨਾ ਨਹੀਂ ਕਰਨਾ ਵੱਖਰੀ ਗੱਲ, ਪਰ ਮੈਂ ਕਰਵਾਈਆਂ ਕਿ ਹਾਂ ਵੀ ਮੈਨੂੰ ਸਲਾਹਾਂ ਵਧੀਆ ਲੱਗੀਆਂ ਮੇਰੀ ਜਾਣ। ਸੋ ਔਡਰ ਆਪਣਾ ਆ ਗਿਆ, ਹੁਣ ਖਾ ਲਈਏ ਫਿਰ ਕਰਦੇ ਅਗਲੀ ਗੱਲਬਾਤ। ਨਹੀਂ ਮਿੱਤਰਾ, ਔਡਰ ਆਪਣਾ ਆ ਗਿਆ, ਇਹ ਹੈਗਾ ਪਨੀਰ ਵਿਦ ਮੈਸ਼ ਪਟੈਟੋ, ਬਹੁਤ ਸੋਹਣੀ ਮੀਲ ਆ। ਗੇਨਿੰਗ ਜਿਹਨੇ ਕਰਨੀ ਹੋਵੇ ਇਹ ਮੀਲ ਖਾ ਸਕਦਾ, ਅਤੇ ਨਾਲ ਆਪਣਾ ਨੈਚੁਰਲ ਪ੍ਰੋਟੀਨ ਸ਼ੇਕ ਆਉਂਦਾ ਵੀ ਮਿੱਤਰਾ, ਇਹ ਆਪਣਾ ਹੈਗਾ ਨੈਚੁਰਲ ਪ੍ਰੋਟੀਨ ਸ਼ੇਕ, ਨਾਲ ਚਲੋ ਆ ਮੀਲ ਤਾਂ ਚੱਲਣ ਨਹੀਂ ਡਿਆ, ਬਸ ਇਹ ਹੁਣ ਗੱਡੀ ਵਾਲਾ ਕੰਮ ਹੋ ਗਿਆ। ਓਕੇ ਰਿਪੋਰਟ, 2-3 ਦਿਨ ਬਹੁਤ ਫਨ ਕਰ ਲਿਆ, ਹੁਣ ਜਿੰਮ ਲਾਉਣਾ ਆਪਾਂ ਠੋਕ ਕੇ, ਹੈ ਨਾ। ਸਿਹਤ ਵੀ ਜ਼ਰੂਰੀ ਆ, ਜਿਹੜਾ ਕੱਪੜਾ ਪਾਇਆ ਤਾਂ ਫੱਬਦਾ, ਅਤੇ ਜੇ ਸਿਹਤ ਓਕੇ ਰਿਪੋਰਟ ਹੋਵੇ। ਲੈ ਵੀ ਮਿੱਤਰਾ, ਕੈਫੇ ਤੋਂ ਖਾ ਪੀ ਕੇ ਯਾਰ ਹੁਣ ਜਾਣਗੇ ਫਲੈਟ ਦੇ ਵਿੱਚ, ਘੜੀ ਕਰਕੇ ਰੈਸਟ, ਅਤੇ ਫਿਰ ਚੱਲਦੇ ਹਾਂ ਜਿੰਮ ਕੋ। ਪਰ ਜਾਣ ਮੇਰੀ ਇਹ ਸਹੀ ਗੱਲ ਦੱਸਣ ਨਾਲ, ਚਲੋ ਰੱਬ ਵੱਲੋਂ ਹੀ ਸ਼ੁਰੂ ਤੋਂ ਹੀ ਇਹੋ ਚੀਜ਼ਾਂ ਦਾ ਸ਼ੌਂਕ ਹੈ ਕੁਝ ਵੱਖਰਾ ਕਰਨ ਦਾ, ਪਰ ਆਹ ਗੱਡੀ ਪੈਸੇ ਲਾਏ ਤਾਂ ਮੁੱਲ ਮੋੜਦੀ ਹੈ, ਜਿਹਨੂੰ ਆਪਾਂ ਇੰਨੇ ਟੋਰੀ ਵੀਲ ਨਹੀਂ ਪਾਏ, ਮਤਲਬ ਕਿ ਬਿਲਕੁਲ ਆਪਾਂ ਕਹਿ ਲਈਏ ਨਾ ਕਿ ਹਾਂ ਵੀ ਉਹ ਜ਼ਿਆਦਾ ਪਤਲੇ ਸੀ, ਅਤੇ ਆਫ ਰੋਡਿੰਗ ਦੇ ਪਾਏ ਆ, ਅਤੇ ਪਰ ਫਿਰ ਵੀ ਨਾ ਮੁੱਲ ਮੋੜਦੀ, ਜਦੋਂ ਕੋਈ ਮਤਲਬ ਆਪਾਂ ਕੱਢਦੇ ਹਾਂ ਬੰਦਾ ਵੇਂਦਾ ਨਾ ਮੁੜ ਕੇ, ਹਾਂ ਸੱਚੀ ਸਵਾਦ ਜਿਹਾ ਬੜਾ ਆਉਂਦਾ ਮੇਰੀ ਜਾਣ। ਮਿੱਤਰਾ ਪਹੁੰਚ ਗਏ ਯਾਰ ਹੁਣੀ ਫਲੈਟ, ਅਤੇ ਸਾਡੀ ਰੂਬੀ ਕੌਨ ਦਾ ਪਹਿਲਾ ਕੇਕ ਅਸੀਂ ਕੱਟਣ ਲੱਗੇ, ਰੂਬੀ ਕੌਨ ਦਾ ਕਿਆ ਬਾਤ ਹੈ। ਲੈ ਵੀ ਮਿੱਤਰਾ, ਨਾ ਤਾਂ ਬਈ ਯਾਰ ਹੁਣੀ ਹੋ ਗਏ ਜੋ ਕਿ ਰਿਪੋਰਟ, ਅਤੇ ਚੱਲੀਏ ਗੁਰੂ ਮਹਾਰਾਜ ਦਰਸ਼ਨ ਮੇਲੇ ਕਰਨ, ਆਜੋ ਫਿਰ ਨਾਲੇ ਕੁਛ ਖਾ ਪੀ ਕੇ ਆਉਂਦੇ। ਲੈ ਵੀ ਮਿੱਤਰਾ, ਝੋਟਾ ਖਲੋਤਾ ਜਿਹਾ ਆਪਣਾ ਇੱਥੇ ਹੈ, ਚੱਲ ਵੀ ਰਾਣੀ ਤੈਨੂੰ ਮੱਥਾ ਟਿਕਾ ਕੇ ਲਿਆਵਾਂ ਗੁਰੂ ਮਹਾਰਾਜ ਦੇ, ਹੈ। ਚੱਲ ਵੀ ਮਿੱਤਰਾ, ਚੱਲ ਵੀ ਚੱਲੀਏ ਫਿਰ, ਹੈਂ, ਨਾਲੇ ਗਿੜੀ ਛਿੜੀ ਮਾਰ ਕੇ ਆਉਂਦੇ ਹਾਂ, ਨਾਲੇ ਕੈਫੇ ਤੋਂ ਕੁਝ ਖਾ ਪੀ ਕੇ ਆਉਂਦੇ ਹਾਂ। ਲੈ ਵੀ ਮਿੱਤਰਾ, ਗੁਰੂ ਮਹਾਰਾਜ ਦਰਸ਼ਨ ਮੇਲੇ ਆਪਾਂ ਕਰ ਲਏ, ਅਤੇ ਗੱਲ ਇੱਦਾਂ ਮੈਂ ਬੈਠਾ ਕਮੈਂਟ ਪੜ੍ਹਨ ਦਿਆ ਸੀ, ਅਤੇ ਭਰਾ ਕਹਿੰਦਾ
मेरे सज्जना मित्रां दे वी कि अनएक्सपैक्टड अंग्रेजी दे विच आ लिख के आए कि ये चीज़ होगी, ये चीज़ हो सकती तो जान की नहीं हो सकता है ना। लोगों को उम्मीद नहीं मेरे तो, मैं सही गल दसा ना, तुसी सारे भरावां ने इस चीज़ का चा किया, पर मेरे कुछ अपने बंदे नूं मेरे तो यह उम्मीद नहीं कि मैं आह काम कर दूंगा, तो मेरे रब ने किया, मैं नहीं किया, मेरे मालक ने किया जिदे घर मैं खड़ा वा, मेरी इन्नी सच्ची कात नहीं हैगी। कात बंदे की वैसे कोई नहीं होंगी, कोई भी बंदा कहे ना कि मेरी बड़ी तगड़ी कात है, बंदे की हस्ती कोई नहीं है, मिट्टी है अपना, तो माण हंकार किस चीज़ का बंदे नूं करना नहीं चाहिए। मैं तो पता नहीं किन्ने कु लोगों गल कहिंदा रहिंदा, सो मेरी जान ये मालक दी मेहर रहमतां आई आ, तो तुसीं इस चीज़ नूं प्यार दिता, सपोर्ट की, मैनूं इस चीज़ की बहुत ज़्यादा खुशी आ कि मैनू इस चीज़ की इन्नी क ज़्यादा मैनशनिंग, इन्नी क ज़्यादा बधाइया मेरे भरावां दी मिलियां। मेरे अपने कई मैनू मैसेज तक नहीं किया उन्होंने, जिन्होंने मैं अपने समझता ही ना, उन्होंने मैनू फॉरमैलिटी लिए भी मैसेज नहीं किया है ना, वो फिर अपने कहते रह गए। मेरे रिश्तेदार का मैंने किसी का मेरे हिसाब ना किसी का भी नहीं आया, सच्ची दसा मेरे रिश्तेदार मैंने किसी का भी बधाई नहीं आई कि किसी ने फॉरमैलिटी मैसेज किया। चलो चलो कई रिश्तेदार अपने सोशल मीडिया नहीं चलाते है ना, चलो कि मिलने, पर जो चला जिन्होंने मेरिया स्टोरिया वेखियां उन्होंने वधाई तक नहीं दी। तुम आपे सोचो की समझ सकते अपने जेल से कह सकते हैं है ना। बाकी अपने मन च कोई गल नहीं, आप चीज़ मैंने कई बंद कहते भाई दुनिया सड़ गई, जे वो जान मेरी है, मैं किसी सड़ ली है चीज़ नहीं लिया, मेरे मालक ने मैंने दी आ, तो रब सारे तरक्कियां दे, मेहनत करो तो आपे रब तरक्कियां दे, गुरु महाराज के घर जाओ आपे तुहानू भी चीज़ा दे, किसी सड़न लिए नहीं आप लिया चीज़, अपना शौक ही आप पूरा कर लिया, मालक अपने दिन पूरा किया। सो मेरी जान लव यू आ सारे, फिर दिल तो एक बार धन्यवाद ढे सारे भरावान का जिन्ह ने इन्ना प्यार दिता है ना, लव यू है मेरी जान, चित बहुत खुश है, दिल खुश है, गुरु घर खलोता झूठ नहीं बोलता कि जिन्नी सपोर्ट तो प्यार तुम मैनू करते, हाले कि मेरी लोग बदनामी बथेरी करते हैं, पर फिर भी वो बावजूद भी इन्ना क ज़्यादा प्यार से सपोर्ट, मैं ना कल गलें कराई आँदा जी, सहु लगे यार कि अद्धा बोल मैं मुँह चो कढ़ देने तुम्हें पूरा किया नहीं, यहोजे लोग मेरे न जुड़े इन्ने का प्यार करने वाले है ना, कि लव यू है यार सारे भी मित्रा। पहुँच गए यार हुणी फ्लैट, खाइए पीए कुछ ऑर्डर करके, तो फिर करिए सौण की तैयारी है ना।